ਹਾਂਜੀ ਬੋਬੀ ਪਹਿਲੇ ਤਾਂ ਇਹ ਦੱਸੋ ਵੀ ਜਿਹੜਾ ਤੁਸੀਂ ਦਾਵਾ ਕਰਦੇ ਹੋ ਵੀ ਇਹ ਬੁੱਤ ਸਰਕਾਰੀ ਨਹੀਂ ਹੈ ਸਰਕਾਰ ਵੱਲੋਂ ਨਹੀਂ ਲਗਾਇਆ ਗਿਆ ਕਿਸੇ ਸਾਜ਼ਿਸ਼ ਦਾ ਹਿੱਸਾ ਨਹੀਂ ਹੈ ਇਹ ਬੁੱਤ ਤੁਹਾਡੀ ਸੰਸਥਾ ਵੱਲੋਂ ਲਗਾਇਆ ਗਿਆ ਕੀ ਇਹ ਸੱਚ ਤੁਸੀਂ ਕਹਿ ਰਹੇ ਹੋ ਜੀ ਵੀ ਇਹ ਬੁੱਤ ਤੁਸੀਂ ਲਗਾਇਆ ਕੀ ਤੁਹਾਨੂੰ ਫਿਰ ਪਤਾ ਨਹੀਂ ਸੀ ਵੀ ਜਦੋਂ ਇਹ ਬੁੱਤ ਲਗਾਇਆ ਗਿਆ ਕਿ ਜਦੋਂ ਦੀ ਨਿਸ਼ਾਨੀ ਹੁੰਦੀ ਹੈ ਉਹ ਕੋਲ ਸ਼ਸਤਰ ਹੁੰਦਾ ਹੈ ਜਦੋਂ ਅਸੀਂ ਵੀ ਦੇਖਦੇ ਆ ਉਦਮ ਸਿੰਘ ਦੇ ਜਿੰਨੇ ਬੁੱਤ ਨੇ ਉਹ ਇੱਕ ਰਿਵਾਲਵਰ ਉਹਨਾਂ ਦੇ ਹੱਥ ਵਿੱਚ ਹੁੰਦਾ ਸੀਗਾ ਫਿਰ ਤੁਸੀਂ ਆ ਕੀ ਕੀਤਾ ਵੀ ਉਦਮ ਸਿੰਘ ਦਾ ਬੁੱਤ ਲਗਿਆ ਤੇ ਹੱਥ ਇਸ ਤਰ੍ਹਾਂ ਕਰਕੇ ਦਿਖਾਇਆ ਗਿਆ ਜਿਵੇਂ ਮਾਫ ਕਰਨਾ ਮੇਰੇ ਲਈ ਮੈਨੂੰ ਇਹ ਸ਼ਬਦ ਵਰਤਨੇ ਔਖੇ ਲੱਗਦੇ ਆ ਪਰ ਇਹ ਸੋਸ਼ਲ ਮੀਡੀਆ ਤੇ ਆ ਰਿਹਾ ਕਿ ਉਦਮ ਸਿੰਘ ਯੋਧਾ ਸੀ ਨਾ ਕਿ ਭਿਖਾਰੀ ਜਿਵੇਂ ਕਿ ਉਸ ਨੂੰ ਦਿਖਾਇਆ ਗਿਆ ਕੋਈ ਵੀ ਚਿੱਤਰਕਾਰ ਹੁੰਦਾ ਹੈ ਕੋਈ ਵੀ ਸੰਸਥਾ ਹੁੰਦੀ ਹੈ ਉਹ ਦੇਖਦੀ ਹੈ ਵੀ ਜਿਹੜਾ ਥੀਮ ਦੇ ਹਿਸਾਬ ਨਾਲ ਉਹ ਜਿਹੜੀ ਉਹ ਜਿੱਥੇ ਵਰਤਾਰਾ ਜਿਹੜੀ ਚੀਜ਼ ਵਾਪਰੀ ਹੋਵੇ ਉਸ ਹਿਸਾਬ ਦੇ ਨਾਲ ਹੀ ਜਿਹੜੇ ਬੁੱਤ ਲੱਗੇ ਜਾਂ ਯਾਦਗਾਰਾਂ ਬਣੀਆਂ ਚੰਗੀਆਂ ਹੁੰਦੀਆਂ ਨੇ ਕੀਮ ਦਿਖਾਇਆ ਵੀ ਉਹਨੇ ਜਿਹੜੇ ਜਲ੍ਹਿਆਂਵਾਲੇ ਬਾਗ ਦੀ ਜਿਹੜੀ ਖੂਨ ਨਾਲ ਭਿੱਜੀ ਹੋਈ ਮਿੱਟੀ ਜਿਹੜੀ ਆ ਉਹ ਆਪਣੇ ਹੱਥ ਚ ਲੈ ਕੇ ਇੱਕ ਪ੍ਰਣ ਕੀਤਾ ਔਰ ਆਉਣ ਵਾਲੀ ਪੀੜ੍ਹੀ ਨੂੰ ਵੀ ਅਸੀਂ ਸੰਦੇਸ਼ ਦਿੱਤਾ ਹੈ ਕਿ ਗੋਲੀਆਂ ਦੇ ਨਾਲ ਜਿਹੜਾ ਸਾਰੇ ਕੰਮ ਨਹੀਂ ਹੁੰਦੇ ਆਪਣਾ ਜਿਹੜਾ ਨਿਸ਼ਚੇ ਡ੍ਰਿੜ ਨਿਸ਼ਚੇ ਜਿਹੜਾ ਕੀਤਾ ਉਹਨੇ ਆਪਣੇ ਹੱਥ 'ਚ ਜਿਹੜੀ ਖੂਨ ਨਾਲ ਭਿੱਜੀ ਹੋਈ ਮਿੱਟੀ ਲੈ ਕੇ ਡ੍ਰਿੜ ਨਿਸ਼ਚੇ ਕਰਕੇ ਉਹਨੇ 21 ਸਾਲ ਆਪਣੇ ਜਿਹੜਾ ਪ੍ਰਣ ਨੂੰ ਉਹਨੇ ਪਾਲਣ ਵਾਸਤੇ 21 ਸਾਲਾਂ ਬਾਅਦ ਜਿਹੜਾ ਗੋਰੇ ਤੋਂ ਜਿਹੜਾ ਨਮੋਸੀ ਦਾ ਜਿਹੜਾ ਬਦਲਾ ਲਿਆ ਸੀਗਾ ਇਹ ਦੱਸੋ ਵੀ ਤੁਸੀਂ ਉਹ ਮਿੱਟੀ ਵਾਲਾ ਜੇ ਥੀਮ ਰੱਖਿਆ ਸੀ ਮੇਰਾ ਸਵਾਲ ਫੇਰ ਉਹੀ ਹੈ ਕੀ ਹੱਥ ਦੇ ਵਿੱਚ ਮੁਠੀ ਬੰਦ ਨਹੀਂ ਕਰਨੀ ਚਾਹੀਦੀ ਸੀ ਜਾਂ ਫਿਰ ਮਿੱਟੀ ਰੱਖਣੀ ਨਹੀਂ ਚਾਹੀਦੀ ਸੀ ਹੱਥ ਦੇ ਉੱਤੇ ਹੁਣ ਉਹੀ ਮਿੱਟੀ ਇੱਕ ਮਿੰਟ ਵੇਂਦੀਆਂ ਉਹੀ ਮਿੱਟੀ ਹੁਣ ਜਿਹੜੀ ਤੁਸੀਂ ਹੱਥ ਦੇ ਨਹੀਂ ਰੱਖ ਸਕੇ ਜਾਂ ਮੁਠੀ ਬੰਦ ਨਹੀਂ ਕਰ ਸਕੇ ਉਹੀ ਫਿਰ ਹੁਣ ਤੁਹਾਡੇ ਜਾਂ ਸੰਸਥਾ ਦੇ ਸਿਰ 'ਚ ਪਾਦੇ ਪਿਆ ਵੀ ਆਹ ਲਓ ਚੱਕੋ ਤੇ ਪੰਜਾਬੀ ਵਿੱਚ ਇੱਕ ਪਲੇਟ ਲੱਗੀ ਹੈ ਪੂਰੀ ਉਹਦੀ ਹਿਸਟਰੀ ਲਿਖੀ ਹੈ ਕੀ ਜੱਲਿਆਵਾਲੇ ਬਾਗ 'ਚ ਵਾਪਰਿਆ ਸੀਗਾ ਔਰ ਇੱਕ ਇੰਗਲਿਸ਼ 'ਚ ਲਿਖਿਆ ਇੱਕ ਹਿੰਦੀ 'ਚ ਲਿਖਿਆ ਉਹ ਹਿੰਦੀ ਦਾ ਉੱਪਰ ਲਿਖੀ ਹੈ ਹਿੰਦੀ ਸਭ ਤੋਂ ਉੱਪਰ ਲਿਖੀ ਹੋਈ ਉਹ ਵੀ ਉਹ ਵੀ ਦੇਖੋ ਇੱਕ ਫੋਟੋ ਜਿਹੜੀ ਹੈ 2018 ਦੀ ਫੋਟੋ ਹੈ ਉਹ ਜਿਹੜੀ ਦਿਖਾਰੇ ਨੇ ਵੀਡੀਓ ਸੋਸ਼ਲ ਮੀਡੀਆ ਤੇ ਉਹ 2018 ਦੀ ਹੈ ਮੈਂ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦਾ ਵਾਂ ਕਿ ਜਿਹੜੀ ਜੱਲਿਆ ਸ਼ੀਦੂਦਮ ਸਿੰਘ ਦੇ ਪਿਛਲੇ ਪਾਸੇ ਜਿਹੜੀ ਅਵਾਰਤ ਲਿਖੀ ਹੈ ਹਿੰਦੀ ਚ ਜੱਲਿਆ ਵਾਲਾ ਬਾਗ ਉੱਪਰ ਲਿਖਿਆ ਫਿਰ ਪੰਜਾਬੀ ਚ ਲਿਖਿਆ ਫਿਰ ਇੰਗਲਿਸ਼ ਚ ਲਿਖਿਆ ਠੀਕ ਹੈ ਜੀ ਉਹ ਉੱਥੋਂ ਹਟਾ ਦਿੱਤਾ ਗਿਆ ਹੈ ਸਰ ਬਹੁਤ ਸਟੱਡੀ ਕਰਕੇ ਚੀਫ ਖਾਲਸਾ ਦੀਵਾਨ ਦੇ ਵਿੱਚ ਉਹ ਜਿੱਥੇ ਉਹ ਉਹਦਾ ਜੀਵਨ ਬਤੀਤ ਹੋਇਆ ਉੱਥੇ ਉਹਦੇ ਉੱਥੇ ਵੀ ਅਸੀਂ ਰਿਸਰਚ ਕੀਤੀ ਅੱਜ ਵੀ ਉੱਥੇ ਉਹਦਾ ਕਮਰਾ ਮੌਜੂਦ ਹੈ ਉੱਥੇ ਉਹਦਾ ਪਲੰਗ ਲੱਗਾ ਹੋਇਆ ਸ਼ਹੀਦ ਉਦਮ ਸਿੰਘ ਜੀ ਦਾ ਦੋ ਟਾਈਮ ਨਿਤਨੇਮ ਹੁੰਦਾ ਉੱਥੇ ਤੇ ਅਸੀਂ ਉੱਥੋਂ ਸਾਰੀਆਂ ਜਿਹੜੇ ਮੂਰਤੀਕਾਰ ਨੇ ਸਟੱਡੀ ਕਰਕੇ ਫੇਰ ਇਹ ਬੁੱਤ ਬਣਾਇਆ ਵੀ ਜਦੋਂ ਤੁਸੀਂ ਇਹ ਬੁੱਤ ਬਣਾਉਣ ਜਾ ਰਹੇ ਸੀ ਤੁਸੀਂ ਕਹਿ ਰਹੇ ਹੋ ਦਾਵਾ ਕਰਦੇ ਹੋ ਵੀ ਇਹ ਬੁੱਤ 2 ਸਾਲ ਪਹਿਲੇ ਲੱਗਿਆ ਹੋਇਆ ਹੈ ਜਦੋਂ ਇਹ ਬੁੱਤ ਬਣਾਇਆ ਜਾ ਰਿਹਾ ਸੀ ਇਹ ਸ਼ਹੀਦ ਗੁਦਮ ਸਿੰਘ ਦਾ ਜਨਮ ਸਥਾਨ ਸੁਨਾਮ ਹੈ ਸੁਨਾਮ ਸ਼ਹਿਰ ਦੇ ਵਿੱਚ ਕੁਝ ਉਹਨਾਂ ਦੇ ਰਿਸ਼ਤੇਦਾਰ ਵੀ ਰਹਿੰਦੇ ਆ ਜਾਂ ਉਹਨਾਂ ਦੇ ਨਾਮ ਤੇ ਬਹੁਤ ਸੰਸਥਾਵਾਂ ਬਣੀ ਐ ਕੀ ਤੁਸੀਂ ਸੁਨਾਮ ਦੇ ਲੋਕਾਂ ਦੇ ਨਾਲ ਜਾ ਕੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੂੰ ਦੱਸਿਆ ਸੀਗਾ ਕਿ ਅਸੀਂ ਆਹ ਬੁੱਤ ਬਣਾ ਰਹੇ ਹਾਂ ਜਦੋਂ ਉਹ 1940 ਵਿੱਚ 13 ਮਾਰਚ 1940 ਵਿੱਚ ਗੋਲੀ ਮਾਰਦਾ ਸਰ ਮਾਈਕਲ ਓਡਵਾਇਰ ਦੇ ਬਦਲਾ ਲਿੰਦਾ ਜਿਹੜੇ ਨਥੇ ਜਿਹੜੇ ਹਿੰਦੂਸਤਾਨੀਆਂ ਦਾ ਖੂਨ ਡੋਲਿਆ ਸੀ ਉਸ ਟਾਈਮ ਉਹ ਕਲੀਨ ਸ਼ੇਵ ਸੀ ਹੈਟ ਲਾਈ ਹੋਈ ਸੀ ਉਹਨੇ ਸਿਰ ਦੇ ਉੱਤੇ ਤੇ ਫੇਰ ਉਹ ਉਸ ਟਾਈਮ ਉਹ 40 41 ਸਾਲਾਂ ਦਾ ਸੀ ਜੀ ਠੀਕ ਹੈ ਸਾਨੂੰ ਫੇਰ ਉਹ ਜਿਹੜੀ ਮੂਰਤੀ ਲਗਾਣੀ ਚਾਹੀਦੀ ਸੀਗੀ ਜੇ ਅਸੀਂ ਪਿਸਤੌਲ ਫੜਾਣੀ ਹੁੰਦੀ ਆ ਪੂਰੇ ਤਨ ਮੰਨ ਦੇ ਨਾਲ ਪ੍ਰੋਮਿਸ ਕਰਦੇ ਆਂ ਕਿ ਤੁਹਾਡੀ ਜਿਹੜੀ ਸੰਸਥਾ ਹੈ ਵੀ ਇਹ ਭਾਜਪਾ ਦੇ ਨਾਲ ਰਲਗੱਡ ਨਹੀਂ ਹੈ ਵੀ ਇਹਦੇ ਵਿੱਚ ਸਰਕਾਰ ਦੀ ਕੋਈ ਵੀ ਸਾਜ਼ਿਸ਼ ਨਹੀਂ ਹੈ ਕਿ ਜਿਹੜਾ ਹੁਣ ਮੁੱਦਾ ਸੀਗਾ 28 ਅਗਸਤ ਨੂੰ ਜਿਹੜਾ ਜੱਲਿਆਂਵਾਲੇ ਬਾਗ ਦੇ ਨਵੀਨੀਕਰਨ ਦਾ ਉਦਘਾਟਨ ਹੋਇਆ ਨਾ ਕਿ ਸ਼ਹੀਦ ਉਦਮ ਸਿੰਘ ਜੇ ਸਟੈਚੂ ਦਾ ਉਦਘਾਟਨ ਹੋਇਆ ਲੋਕਾਂ ਨੇ ਗੱਲ ਮਿਕਸ ਕਰ ਲਈ ਸਰਕਾਰ ਵੱਲੋਂ ਇੱਕ 3000 ਕਰੋੜ ਰੁਪਏ ਦੀ ਮੂਰਤੀ ਵੀ ਬਣਾਈ ਗਈ ਹੈ ਤੇ ਇੱਥੇ ਤੁਸੀਂ ਕਹਿ ਰਹੇ ਹੋ ਵੀ ਬੋਤਨ ਨੂੰ ਪਾਲਿਸ਼ ਕਰਨ ਦੇ ਵਾਸਤੇ ਕੁਛ ਰੁਪਏ ਵੀ ਤੁਹਾਨੂੰ ਨਹੀਂ ਦਿੱਤੇਗੇ। ਪੁੱਤ ਦੀ ਪ੍ਰਤੀ ਅਨਾਮ ਸਨਾਪ ਜਿਹੜਾ ਗੱਲਾਂ ਕਰ ਰਹੇ ਨੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਡਾ ਮਨ ਦੁਖੀ ਹੋਇਆ ਪਿਆ ਬੜਾ ਵੀ ਐਦਾਂ ਦੀ ਜਿਹੜੀ ਸ਼ਹੀਦ ਦੇ ਪ੍ਰਤੀ ਜਿਹੜੀ ਹੈ ਐਦਾਂ ਦੀ ਸ਼ਬਦਾਵਲੀ ਨਾ ਵਰਤੀ ਜਾਵੇ। ਜੋਸੀ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਮੈਂ ਹਰਪਾਲ ਸਿੰਘ ਸੁਨਾਮ ਆਪ ਜੀ ਦਾ ਸਵਾਗਤ ਕਰਦਾ ਹਾਂ ਸੋਸ਼ਲ ਮੀਡੀਆ ਦੇ ਉੱਤੇ ਸ਼ਹੀਦ ਉਦਮ ਸਿੰਘ ਦੇ ਬੁੱਤ ਦੀ ਭਾਵਤ ਅੱਜ ਕੱਲ ਇੱਕ ਵਿਵਾਦ ਬਹੁਤ ਭਾਰੂ ਹੈ ਦੱਸਿਆ ਜਾ ਰਿਹਾ ਹੈ ਕਿ ਸ਼ਹੀਦ ਉਦਮ ਸਿੰਘ ਦਾ ਬੁੱਤ ਜੋ ਕਿ ਯੋਧਾ ਸੀ ਉਹਦੇ ਹੱਥ ਵਿੱਚ ਪੁਸਤਕ ਹੋਣੀ ਚਾਹੀਦੀ ਹੈ ਉਹਦੇ ਹੱਥ ਦੇ ਵਿੱਚ ਰਿਵਾਲਵਰ ਹੋਣੀ ਚਾਹੀਦੀ ਹੈ ਯੋਧੇ ਦੀ ਨਿਸ਼ਾਨੀ ਹੈ ਸ਼ਸਤਰ ਪਰ ਅੱਜ ਕੱਲ ਇੱਕ ਜਿਹੜਾ ਬੁੱਤ ਜੱਲਿਆਂ ਵਾਲੇ ਬਾਗ ਦੇ ਵਿੱਚ ਦਿਖਾਇਆ ਜਾ ਰਿਹਾ ਉਹ ਇਸ ਤਰ੍ਹਾਂ ਦਿਖਾਇਆ ਜਾ ਰਿਹਾ ਜਿਵੇਂ ਹੱਥ ਅੱਡ ਕੇ ਭਿਖਾਰੀ ਦੇ ਰੂਪ ਵਿੱਚ ਲੋਕਾਂ ਵੱਲੋਂ ਇਸ ਦਾ ਬਹੁਤ ਜ਼ਿਆਦਾ ਵਿਰੋਧ ਕੀਤਾ ਜਾ ਰਿਹਾ ਕਿ ਇਹ ਸਰਕਾਰ ਦੀ ਸਾਜ਼ਿਸ਼ ਹੈ ਕ ਸਾਜ਼ਿਸ਼ ਦੇ ਅਧੀਨ ਪੰਜਾਬੀਆਂ ਦੀ ਬੇਇੱਜ਼ਤੀ ਕੀਤੀ ਜਾ ਰਹੀ ਹੈ ਵੀ ਪੰਜਾਬੀ ਇਸ ਤਰ੍ਹਾਂ ਦੇ ਹੁੰਦੇ ਆ ਵੀ ਸਾਡੇ ਯੋਧੇ ਦਾਇ ਅਪਮਾਨ ਹੈ ਪਰ ਹੁਣ ਇਸੇ ਦੇ ਵਿਚਕਾਰ ਇੱਕ ਸੰਸਥਾ ਅੰਤਰਰਾਸ਼ਟਰੀ ਸਰਵਕੰਬੋ ਸਮਾਜ ਉਦੇ ਪ੍ਰਧਾਨ ਜੀ ਨੇ ਸਾਡੇ ਨਾਲ ਬੋਬੀ ਕੁੰਬੋਜ ਉਹਨਾਂ ਵੱਲੋਂ ਦਾਵਾ ਕੀਤਾ ਜਾ ਰਿਹਾ ਵੀ ਇਹ ਜਿਹੜਾ ਬੁੱਤ ਲਗਾਇਆ ਗਿਆ ਇਹ ਸਾਡੀ ਸੰਸਥਾ ਵੱਲੋਂ ਲਗਾਇਆ ਗਿਆ ਨਾ ਕਿ ਸਰਕਾਰ ਵੱਲੋਂ ਆਪਾਂ ਉਹਨਾਂ ਕੋਲੋਂ ਜਿਹੜੇ ਉਹਨਾਂ ਦੇ ਦਾਅਵੇ ਨੇ ਜੋ ਉਹ ਇਸ ਦੀ ਬਾਬਤ ਗੱਲ ਕਰਨਾ ਚਾਹੁੰਦੇ ਆ ਪੱਖ ਰੱਖਣਾ ਚਾਹੁੰਦੇ ਆ ਆਪਾਂ ਪੁੱਛਦੇ ਆ ਹਾਂਜੀ ਬੋਬੀ ਕੁੰਬੋਜ ਜੀ ਪੰਜਾਬੀ ਲੋਕ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਪੰਜਾਬੀ ਲੋਕ ਚੈਨਲ ਹਰਪਾਲ ਜੀ ਤੁਹਾਡਾ ਔਰ ਤੁਹਾਡੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਇਸ ਗੰਭੀਰ ਵਿਸ਼ੇ ਤੇ ਸਾਡੇ ਜਿਹੜੇ ਵਿਚਾਰ ਲਏ ਨੇ ਮੁਨਾਸਬ ਸਮਝੇ ਸਾਂਜੀ ਬੋਬੀ ਜੀ ਫਿਰ ਇਹ ਦੱਸੋ ਵੀ ਜਿਹੜਾ ਤੁਸੀਂ ਦਾਵਾ ਕਰਦੇ ਹੋ ਵੀ ਇਹ ਬੁੱਤ ਸਰਕਾਰੀ ਨਹੀਂ ਹੈ ਸਰਕਾਰ ਵੱਲੋਂ ਨਹੀਂ ਲਗਾਇਆ ਗਿਆ ਕਿਸੇ ਸਾਜਿਸ ਦਾ ਹਿੱਸਾ ਨਹੀਂ ਹੈ ਇਹ ਬੁੱਤ ਤੁਹਾਡੀ ਸੰਸਥਾ ਵੱਲੋਂ ਲਗਾਇਆ ਗਿਆ ਕੀ ਇਹ ਸੱਚ ਹੈ ਬਿਲਕੁਲ ਦੇਸ਼ ਦੀ ਆਜ਼ਾਦੀ ਨੂੰ ਚਾਹੇ 75 ਸਾਲ ਹੋ ਗਏ ਨੇ ਪਰ ਕਿਸੇ ਨੇ ਵੀ ਇਹ ਕੋਸ਼ਿਸ਼ ਨਹੀਂ ਕੀਤੀ ਸੀ ਵੀ ਜਲਿਆਂਵਾਲੇ ਬਾਗ 'ਚ ਸ਼ਹੀਦ ਉਧਮ ਸਿੰਘ ਜੀ ਦਾ ਸਟੈਚੂ ਲੱਗੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਜਿੱਥੇ ਲੋਕਾਂ ਨੂੰ ਇਹ ਪਤਾ ਹੈ ਵੀ ਜਲਿਆਂਵਾਲੇ ਬਾਗ 'ਚ ਨਿਰਮਮ ਹਤਿਆਕਾਂਡ ਹੋਇਆ ਸੀ ਸਾਡੇ ਪੰਜਾਬੀਆਂ ਦਾ ਹਿੰਦੂਸਤਾਨੀਆਂ ਦਾ ਉੱਥੇ ਨਿਹੱਥੀਆਂ ਦਾ ਖੂਨ ਡੁੱਲਿਆ ਸੀ ਉਹ ਨਮੋਸ਼ੀ ਇੱਕ ਸਾਡੇ ਦਿਮਾਗ 'ਚ ਆਂਦੀ ਹੈ ਪਰ ਆਉਣ ਵਾਲੀ ਪੀੜ੍ਹੀ ਨੂੰ ਇਹ ਵੀ ਪਤਾ ਲੱਗਣਾ ਚਾਹੀਦਾ ਸੀ ਕਿ ਇੱਕ ਮਹਾਨ ਯੋद्धा ਸ਼੍ਰੋਮਣੀ ਸ਼ਹੀਦ ਸ਼ਹੀਦ ਉਧਮ ਸਿੰਘ ਜਿਨਨੇ ਉਸ ਨਮੋਸੀ ਦਾ ਬਦਲਾ ਜਿਹੜਾ ਉਹਦਾ ਇੰਗਲੈਂਡ ਦੀ ਧਰਤੀ ਤੇ ਜਾ ਕੇ ਸਰ ਮਾਈਕਲ ਓਡਵਾਇਰ ਜੋ ਉਸ ਸਮੇਂ ਦਾ ਗਵਰਨਰ ਸੀ ਜਿਨਨੇ ਗੋਲੀ ਚਲਾਉਣ ਦਾ ਆਰਡਰ ਦਿੱਤਾ ਸੀ ਉਹਨੂੰ ਉਹਦੀ ਧਰਤੀ ਤੇ ਜਾ ਕੇ ਠਾ ਠਾ ਕਰਦਿਆ ਗੋਲੀਆਂ ਨਾਲ ਉਡਾ ਦਿੱਤਾ ਸੀ ਔਰ ਉਸਤੇ ਆਂਦੇ ਆਂਦਿਆਂ 1940 ਵਿੱਚ ਉਸਨੇ ਬਦਲਾ ਲਿਆ 21 ਸਾਲ ਦੀ ਕਹਲਣਾ ਕਾਲ ਕੇ 1940 ਤੋਂ ਬਾਅਦ 7 ਸਾਲਾਂ ਦੇ ਬਾਅਦ ਹੀ ਜਿਹੜਾ ਇਹ ਟਰਨਿੰਗ ਪੁਆਇੰਟ ਸੀ ਦੇਸ਼ ਦੀ ਆਜ਼ਾਦੀ ਦਾ ਔਰ 1947 ਵਿੱਚ ਆਪਣਾ ਦੇਸ਼ ਆਜ਼ਾਦ ਹੋ ਗਿਆ ਜਿੰਦੀ ਅਸੀਂ ਖੁੱਲੀ ਹਵਾ ਵਿੱਚ ਅੱਜ ਆਜ਼ਾਦੀ ਮਾਨ ਰਹੇ ਹਾਂ ਤੁਸੀਂ ਕਹਿ ਰਹੇ ਹੋ ਜੀ ਵੀ ਇਹ ਬੁੱਤ ਤੁਸੀਂ ਲਗਾਇਆ ਕੀ ਤੁਹਾਨੂੰ ਫਿਰ ਪਤਾ ਨਹੀਂ ਸੀ ਵੀ ਜਦੋਂ ਇਹ ਬੁੱਤ ਲਗਾਇਆ ਗਿਆ ਕਿ ਜੋਦੇ ਦੀ ਨਿਸ਼ਾਨੀ ਹੁੰਦੀ ਹੈ ਉਹ ਉਸ ਕੋਲ ਸ਼ਸਤਰ ਹੁੰਦਾ ਜਦੋਂ ਅਸੀਂ ਵੀ ਦੇਖਦੇ ਹਾਂ ਉਦਮ ਸਿੰਘ ਦੇ ਜਿੰਨੇ ਬੁੱਤ ਨੇ ਉਹ ਇੱਕ ਰਿਵੋਲਵਰ ਉਹਨਾਂ ਦੇ ਹੱਥ ਵਿੱਚ ਹੁੰਦਾ ਸੀਗਾ ਫਿਰ ਤੁਸੀਂ ਆ ਕੀ ਕੀਤਾ ਵੀ ਉਦਮ ਸਿੰਘ ਦਾ ਬੁੱਤ ਲਗਿਆ ਤੇ ਹੱਥ ਇਸ ਤਰ੍ਹਾਂ ਕਰਕੇ ਦਿਖਾਇਆ ਗਿਆ ਜਿਵੇਂ ਮਾਫ ਕਰਨਾ ਮੇਰੇ ਲਈ ਮੈਨੂੰ ਇਹ ਸ਼ਬਦ ਵਰਤਨੇ ਔਖੇ ਲੱਗਦੇ ਆ ਪਰ ਇਹ ਸੋਸ਼ਲ ਮੀਡੀਆ ਤੇ ਆ ਰਿਹਾ ਕਿ ਉਦਮ ਸਿੰਘ ਯੋਧਾ ਸੀ ਨਾ ਕਿ ਭਖਾਰੀ ਜਿਵੇਂ ਕਿ ਉਸ ਨੂੰ ਦਿਖਾਇਆ ਗਿਆ ਬਿਲਕੁਲ ਮੈਂ ਇੱਥੇ ਦੱਸਣਾ ਚਾਹਾਂਗਾ ਕਿ 2016 ਵਿੱਚ ਅਸੀਂ ਇੱਕ ਕੈਂਡਲ ਮਾਰਚ ਆਯੋਜਨ ਕੀਤਾ ਜੀ ਉਸ ਤੋਂ ਪਹਿਲਾਂ ਵੀ ਸਾਡੇ ਬਜ਼ੁਰਗ ਸਾਰਿਆਂ ਨੇ ਬੜੀਆਂ ਕਹਾਣਾਂ ਕਰਕੇ 1973 ਵਿੱਚ ਸ਼ਹੀਦ ਉਦਮ ਸਿੰਘ ਦੀਆਂ ਅਸਤੀਆਂ ਭਾਰਤ ਵਿੱਚ ਲਿਆਂਦੀਆਂ ਇੰਗਲੈਂਡ ਤੋਂ ਔਰ ਉਸ ਤੋਂ ਬਾਅਦ ਸਾਰੇ ਉੱਤਰ ਭਾਰਤ ਵਿੱਚ 50 ਦੇ ਕਰੀਬ ਸ਼ਹੀਦ ਉਦਮ ਸਿੰਘ ਜੀ ਦੇ ਸਟੈਚੂ ਲੱਗੇ ਨੇ ਧਰਮਸ਼ਾਲਾਵਾਂ ਬਣੀਆਂ ਨੇ ਉਹਦੀ ਕੜੀ ਦੇ ਵਿੱਚ ਹੀ ਜਿਹੜਾ ਸਾਡੇ ਜਿਹੜੇ ਬਜ਼ੁਰਗਾਂ ਨੇ ਸਾਨੂੰ ਗੁੜਤੀ ਦਿੱਤੀ ਉਹ ਸਾਡਾ ਵਿੱਚ ਜਿਹੜੀ ਪਨਪੀ ਹੈ ਅਸੀਂ ਉਸਦੇ 2016 ਵਿੱਚ ਕੈਂਡਲ ਮਾਰਚ ਕੀਤਾ ਕੈਂਡਲ ਮਾਰਚ ਅਸੀਂ ਇੱਕ ਮੰਗ ਰੱਖੀ ਸ਼ਹੀਦ ਉਦਮ ਸਿੰਘ ਜੀ ਦਾ ਸਟੈਚੂ ਜਲ੍ਹਿਆਂਵਾਲੇ ਬਾਗ ਚ ਲੱਗਣਾ ਚਾਹੀਦਾ ਜਿੰਦੀ ਅਸੀਂ ਘੱਲਣਾ ਕਰਕੇ ਬੜੀ ਮਿਹਨਤ ਦੇ ਨਾਲ ਕੇਂਦਰ ਸਰਕਾਰ ਤੋਂ 2018 ਵਿੱਚ ਮਨਜ਼ੂਰੀ ਲਈ ਸ਼ਹੀਦ ਉਦਮ ਸਿੰਘ ਦਾ ਸਟੈਚੂ ਲਾਉਣ ਦੀ ਉਹਨਾਂ ਨੇ ਮਨਜ਼ੂਰੀ ਇਹ ਦਿੱਤੀ ਤੁਸੀਂ ਆਪਣੇ ਖਰਚੇ ਤੇ ਸ਼ਹੀਦ ਉਦਮ ਸਿੰਘ ਦਾ ਸਟੈਚੂ ਜੱਲਿਆਵਾਲੇ ਬਾਗ ਦੇ ਪਰਿਸਰ ਚ ਲਗਾ ਸਕਦੇ ਹਾਂ ਔਰ ਸਾਡੀ ਸੰਸਥਾ ਨੇ ਸਾਡੇ ਸ਼ਹੀਦ ਨੂੰ ਪ੍ਰਿਆਰ ਕਰਨ ਵਾਲਿਆਂ ਨੇ ਉੱਥੇ ਆਪਸ ਵਿੱਚ ਫੰਡ ਇਕੱਠਾ ਕਰਕੇ ਸ਼ਹੀਦ ਉਦਮ ਸਿੰਘ ਜੀ ਦਾ 11 ਫੁੱਟ ਉੱਚਾ ਔਰ ਚਬੂਤਰੇ ਸਮੇਤ 4 ਫੁੱਟ ਚਬੂਤਰਾ 15 ਫੁੱਟ ਦਾ ਜਿਹੜਾ ਸ਼ਹੀਦ ਉਦਮ ਸਿੰਘ ਜੀ ਦਾ ਅਸੀਂ ਇੱਕ ਇੱਥੇ ਜਿਹੜੇ ਵੀ ਜਿਨ੍ਹਾਂ ਨੂੰ ਗਿਆਨ ਨਹੀਂ ਹੈ ਈ ਜੰਨਿਆਂ ਵਾਲੇ ਬਾਗ ਚ ਕੀ ਹੋਇਆ ਸੀਗਾ ਉਹ ਮੈਂ ਇੱਕ ਵਾਰੀ ਉਹਨਾਂ ਨੂੰ ਜਿਹੜੇ ਬੁੱਧੀਜੀਵੀ ਬਣਦੇ ਆਪਣੇ ਆਪ ਚ ਜਿਹੜੇ ਅੱਜ ਮੋਦੀ ਮੋਦੀ ਦਾ ਵਿਰੋਧ ਕਰਨ ਜਿੱਦਾਂ ਮਰਜ਼ੀ ਕਰਨ ਸਾਨੂੰ ਕੋਈ ਮੋਦੀ ਅਸੀਂ ਨਾ ਕੋਈ ਮੋਦੀ ਭਗਤਾਂ ਨਾ ਕੋਸਾਂ ਅਸੀਂ ਤਾਂ ਸ਼ਹੀਦ ਉਧਮ ਸਿੰਘ ਦੇ دیਵਾਨੇ ਆ ਔਰ ਸ਼ਹੀਦਾਂ ਦੇ دیਵਾਨੇ ਆ ਅਸੀਂ ਸ਼ਹੀਦ ਉਧਮ ਸਿੰਘ ਦਾ ਬੁੱਤ ਉਹ ਦੋ ਜੰਨਿਆਂ ਵਾਲੇ ਬਾਗ ਚ ਸਾਡੀ ਸੰਸਥਾ ਅੰਤਰਰਾਸ਼ਟਰੀ ਸਰਵਕਮੋਤ ਸਮਾਜ ਨੇ ਉੱਥੇ ਲਗਾਇਆ ਔਰ ਇੱਕ ਮੈਂ ਦੱਸਣਾ ਚਾਹੁੰਦਾ ਸਰ ਤੁਸੀਂ ਜਿਹੜਾ ਏਦਾਂ ਵਾਲੀ ਗੱਲ ਕਰ ਰਹੇ ਹੋ ਮੈਂ ਉਹਦੇ ਤੇ ਆ ਰਿਹਾ ਵਾਂ ਸਰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਅਸੀਂ ਇੱਕ ਥੀਮ ਲੈ ਕੇ ਚੱਲਿਆਂ ਕੋਈ ਵੀ ਚਿੱਤਰਕਾਰ ਹੁੰਦਾ ਕੋਈ ਵੀ ਸੰਸਥਾ ਹੁੰਦੀ ਹੈ ਉਹ ਦੇਖਦੀ ਹੈ ਵੀ ਜਿਹੜਾ ਥੀਮ ਦੇ ਹਿਸਾਬ ਨਾਲ ਉਹ ਜਿਹੜੀ ਉਹ ਜਿੱਥੇ ਵਰਤਾਰਾ ਜਿਹੜੀ ਚੀਜ਼ ਵਾਪਰੀ ਹੋਵੇ ਉਸ ਹਿਸਾਬ ਦੇ ਨਾਲ ਹੀ ਜਿਹੜੇ ਬੁੱਤ ਲੱਗੇ ਜਾਂ ਯਾਦਗਾਰਾਂ ਬਣੀਆਂ ਚੰਗੀਆਂ ਹੁੰਦੀਆਂ ਨੇ ਅਸੀਂ ਇੱਕ ਜਲ੍ਹਿਆਂਵਾਲੇ ਬਾਗ 'ਚ 13 ਅਪ੍ਰੈਲ 1919 ਵਿੱਚ ਨਿਰਮਮ ਹਤਿਆਕਾਂਡ ਹੋਇਆ ਸੀ ਉੱਥੇ ਜਲ੍ਹਿਆਂਵਾਲੇ ਬਾਗ 'ਚ ਸ਼ਹੀਦ ਉਧਮ ਸਿੰਘ ਜੋ ਯਤੀਮ ਸੀ ਔਰ ਚੀਫ ਖਾਲਸਾ ਦੀਵਾਨ ਜਿਹੜਾ ਉਹ ਉੱਥੇ ਆਪਣਾ ਪਰਵਿਸ਼ ਹੋ ਰਹੀ ਸੀ ਉਹਦੀ ਯਤੀਮਖਾਨੇ ਦੇ ਵਿੱਚ ਔਰ ਸਿੱਖੀ ਸਰੂਪ ਵਿੱਚ ਉਹ ਸੀ ਔਰ ਪੂਰਾ ਗੁਰੂ ਮਰਿਆਦਾ ਦੇ ਨਾਲ ਕਿਉਂਕਿ ਚੀਫ ਖਾਲਸਾ ਦੀਵਾਨ ਚ ਜਿਹੜੇ ਜ਼ਿਆਦਾਤਰ ਬੱਚੇ ਜਿਹੜੇ ਉੱਥੇ ਗੁਰਸਿੱਖੀ ਨਾਲ ਜੁੜੇ ਹੋਏ ਸੀਗੇ ਔਰ ਉੱਥੋਂ ਦੀ ਉਹਨਾਂ ਨੇ ਯਤੀਮਖਾਨੇ ਚੋਂ ਦੇ ਪਾਣੀ ਪਿਆਣ ਦੀ ਉਹਨਦੇ ਦੋਸਤਾ ਨਾਲ ਡਿਊਟੀ ਲੱਗੀ ਹੋਈ ਸੀ ਉਹਨਦੇ ਸਾਹਮਣੇ ਜਿਹੜੇ ਉਹਨਦੇ ਹਿੰਦੁਸਤਾਨੀਆਂ ਦੇ ਪੰਜਾਬੀਆਂ ਦੇ ਉੱਤੇ ਨਿਹੱਥਿਆਂ ਦੇ ਉੱਤੇ ਜਿਹੜਾ ਉਹਨਾਂ ਦਾ ਖੂਨ ਡੁੱਲਿਆ ਤੇ ਉਹ ਉਹਦੇ ਮਨ ਐਡਾ ਦੁਖੀ ਹੋਇਆ ਕਿ ਉਹਨੇ ਉੱਥੋਂ ਜਲ੍ਹਿਆਂਵਾਲੇ ਬਾਗ ਦੀ ਜਿਹੜੀ ਖੂਨ ਨਾਲ ਭਿੱਜੀ ਹੋਈ ਮਿੱਟੀ ਆ ਜਿਹੜੀ ਉਹ ਆਪਣੇ ਹੱਥ 'ਚ ਲਈ ਹੈ ਔਰ ਹਰਮੰਦਰ ਸਾਹਿਬ ਵਾਲੋਂ ਨੇ ਮੂਹ ਕਰਕੇ ਉੱਥੇ ਸੌਂ ਖਾਦੀ ਹੈ ਕਿ ਮੈਂ ਜਿਹੜਾ ਇਹ ਸਾਡੇ ਨਿਹੱਥੇ ਹਿੰਦੂਸਤਾਨੀਆਂ ਦਾ ਜਿਹੜਾ ਖੂਨ ਡੁੱਲਿਆ ਉਹਦਾ ਮੈਂ ਜਿਹੜਾ ਬਦਲਾ ਜਿਹੜਾ ਜਿੰਦਾ ਵੀ ਇਹ ਦੋਸ਼ੀ ਹੈ ਸਰ ਮਾਈਕਲ ਓਡਵਾਇਰ ਜਿਹੜਾ ਉਸ ਟਾਈਮ ਦਾ ਗਵਰਨਰ ਸੀ ਜਿਨੇ ਗੋਲੀ ਚਲਾਣ ਦਾ ਹੁਕਮ ਦਿੱਤਾ ਜਨਰਲ ਜਨਰਲ ਡਾਇਰ ਸੀਗਾ ਜਿਨੇ ਗੋਲੀਆਂ ਚਲਵਾਈਆਂ ਸੀ ਉੱਥੇ ਉਹਦਾ ਮੈਂ ਬਦਲਾ ਆਪਣੇ ਹਿੰਦੂਸਤਾਨੀਆਂ ਦਾ ਜ਼ਰੂਰ ਲਵਾਵਾਂਗਾ ਔਰ ਉਹਨੇ 21 ਸਾਲ ਦੀ ਕਲਨਾਚ ਕਰਕੇ ਤਪੱਸਿਆ ਕਰਦੇ ਹੋਏ ਉਹਨੇ ਜਿਹੜਾ ਇਹ ਉੱਥੋਂ ਆਪਣਾ ਬਦਲਾ ਲਿਆ ਅਸੀਂ ਇਹ ਥੀਮ ਦਿਖਾਇਆ ਵੀ ਉਹਨੇ ਜਿਹੜੇ ਜਲਿਆਂਵਾਲੇ ਬਾਗ ਦੀ ਜਿਹੜੀ ਖੂਨ ਨਾਲ ਭਿੱਜੀ ਹੋਈ ਮਿੱਟੀ ਜਿਹੜੀ ਆ ਉਹ ਆਪਣੇ ਹੱਥ ਚ ਲੈ ਕੇ ਇੱਕ ਪ੍ਰਣ ਕੀਤਾ ਔਰ ਆਉਣ ਵਾਲੀ ਪੀੜ੍ਹੀ ਨੂੰ ਵੀ ਅਸੀਂ ਸੰਦੇਸ਼ ਦਿੱਤਾ ਹੈ ਕਿ ਗੋਲੀਆਂ ਦੇ ਨਾਲ ਜਿਹੜਾ ਸਾਰੇ ਕੰਮ ਨਹੀਂ ਹੁੰਦੇ ਆਪਣਾ ਜਿਹੜਾ ਨਿਸ਼ਚੇ ਦ੍ਰਿੜ ਨਿਸ਼ਚੇ ਜਿਹੜਾ ਕੀਤਾ ਉਹਨੇ ਆਪਣੇ ਹੱਥ 'ਚ ਜਿਹੜੀ ਖੂਨ ਨਾਲ ਭਿੱਜੀ ਹੋਈ ਮਿੱਟੀ ਲੈ ਕੇ ਦ੍ਰਿੜ ਨਿਸ਼ਚੇ ਕਰਕੇ ਉਹਨੇ 21 ਸਾਲ ਆਪਣੇ ਜਿਹੜਾ ਪ੍ਰਣ ਨੂੰ ਉਹਨੇ ਪਾਲਣ ਵਾਸਤੇ 21 ਸਾਲਾਂ ਬਾਅਦ ਜਿਹੜਾ ਗੋਰੇ ਤੋਂ ਜਿਹੜਾ ਨਮੋਸੀ ਦਾ ਜਿਹੜਾ ਬਦਲਾ ਲਿਆ ਸੀਗਾ ਉਹ ਅਸੀਂ ਥੀਮ ਦਿਖਾਇਆ ਪਰ ਲੋਕਾਂ ਦੀ ਨਿਗਾ ਉਹ ਮੋਦੀ ਦਾ ਵਿਰੋਧ ਕਰਨ ਜੀ ਸਦਕੇ ਕਰਨ ਕਿਉਂਕਿ ਮੋਦੀ ਨੇ ਅਦਘਾਟਨ ਨਹੀਂ ਕੀਤਾ 28 ਤਰੀਕ ਨੂੰ ਜਿਹੜਾ ਚੱਲਿਆਂ ਵਾਲੇ ਬਾਗ ਦੇ ਨਵੀਨੀਕਰਨ ਦਾ ਉਦਘਾਟਨ ਹੋਇਆ ਨਾ ਕਿ ਸ਼ਹੀਦ ਉਦਮ ਸਿੰਘ ਦੇ ਸਟੈਚੂ ਦਾ ਅਨਾਵਰਣ ਹੋਇਆ ਉਹਦੋਂ ਉਦਘਾਟਨ 13 ਮਾਰਚ 2018 13 ਮਾਰਚ ਅਸੀਂ ਇਸ ਕਰਕੇ ਜੁਣੀ 13 ਮਾਰਚ 1940 ਨੂੰ ਸਰ ਮਾਈਕਲ ਓਡਵੈਰ ਨੂੰ ਕੈਕਸਟਨ ਹਾਲ ਦੇ ਵਿੱਚ ਠਾਠਾ ਕਰਕੇ ਗੋਲੀਆਂ ਦੇ ਨਾਲ ਉਹਨੂੰ ਉਡਾਇਆ ਉਹਦੇ ਅਸੀਂ ਥੀਮ ਰੱਖਿਆ 13 ਮਾਰਚ ਅਸੀਂ ਦਿਨ ਚੁਣਿਆ ਗੌਰਵ ਦੀ ਵਜਰਾਈ ਅਸੀਂ ਮਨਾਣੇ ਆ ਕਿਉਂਕਿ ਉਸ ਦਿਨ ਉਹਨੇ ਆਪਣੇ ਜਿਹੜੇ ਹਿੰਦੂਸਤਾਨੀਆਂ ਦਾ ਖੂਨ ਡਲਿਆ ਸੀ ਉਹਦਾ ਬਦਲਾ ਲਿਆ ਸੀਗਾ ਔਰ ਉੱਥੇ ਆਉਣ ਵਾਲੀ ਪੀੜ੍ਹੀ ਜਦੋਂ ਉੱਥੇ ਜਾਂਦੀ ਹੈ ਜਲ੍ਹਿਆਂਵਾਲੇ ਬਾਗ 'ਚ ਉਹ ਉਹਨਾਂ ਦਾ ਮਨ ਪ੍ਰਸੀਛਦਾ ਵੀ ਸਾਡੇ ਜਿਹੜੇ ਨਿਅਥੇ ਜਿਹੜੇ ਇੱਥੇ ਰਿੰਗ ਕੇ ਇੱਥੇ ਖੂ ਦੇ ਵਿੱਚ ਡਿੱਗ ਕੇ ਕਿੱਦਾਂ ਲੋਕ ਉਦਾਂ ਜਾਨਾਂ ਬਚਾਉਣ ਵਾਸਤੇ ਇੱਧਰ ਉੱਧਰ ਭੱਜੇ ਨੇ ਉਹਨਾਂ ਨੂੰ ਮਾਰ ਦਿੱਤਾ ਗਿਆ ਗੋਲੀਆਂ ਨਾਲ ਨਿਅਥਿਆਂ ਨਾਲ ਜੇ ਜਦੋਂ ਉਹ ਦੂਜੇ ਦਰਵਾਜੇ ਤੋਂ ਬਾਹਰ ਨਿਕਲਦੇ ਨੇ ਤੇ ਸ਼੍ਰੋਮਣੀ ਸ਼ਹੀਦ ਦੁੱਧਮ ਸਿੰਘ ਉੱਥੇ ਖੜਾ ਉਹ ਇਸ ਇਸ ਦਾ ਚਿੰਨ ਹੈ ਕਿ ਉਹ ਜਿਹੜਾ ਖੂਨ ਡੁੱਲਿਆ ਸੀਗਾ ਉਹਦਾ ਬਦਲਾ ਵੀ ਕਿਸੇ ਸੂਰਮੇ ਨੇ ਲਿਆ ਸੀ ਉਹ ਸੀ ਸ਼ਹੀਦ ਦੁੱਧਮ ਸਿੰਘ ਉਹਨੇ ਉੱਥੇ ਖੂਨ ਨਾਲ ਭਿੱਜੀ ਹੋਈ ਮਿੱਟੀ ਜਿਹੜੀ ਆ ਆਪਣੇ ਹੱਥ ਚ ਲਈ ਹੋਈ ਆ ਇਹ ਲੋਕਾਂ ਦੀ ਨਿਗਾਹ ਨਿਗਾ ਨਿਗਾ ਦਾ ਫਰਕ ਹੈ ਜੇ ਲੋਕੀ ਜੋਤ ਸੋਧਦੇ ਨੇ ਉਥੇ ਜਾ ਕੇ ਆਣ ਉਹ ਸਿਰਫ ਨੈਟ ਵੀਡੀਓ ਦੇਖ ਕੇ ਜਾਂ ਉਥੇ ਆਪਣੇ ਫੋਟੋਆਂ ਦੇਖ ਕੇ ਹੀ ਆਪਣੇ ਕਮੈਂਟ ਕਰੀ ਜਾਂਦੇ ਨੇ ਬਾਬਾ ਜੀ ਇੱਕ ਬਿੰਦੀ ਹੈ ਦੇਖੋ ਆਪਾਂ ਤੁਹਾਡੇ ਕੋਲ ਸਵਾਲ ਇਹ ਰੱਖਨੇ ਤੁਸੀਂ ਕਿਹਾ ਵੀ ਥੀਮ ਇਹ ਹੈ ਵੀ ਉਹ ਮਿੱਟੀ ਚੁੱਕ ਕੇ ਸੌਂ ਖਾਂਦੇ ਪਏ ਆ ਤੇ ਜੇ ਮਿੱਟੀ ਚੁੱਕਦੇ ਆ ਤੇ ਮੁਠੀ ਬੰਦ ਨਹੀਂ ਹੋਣੀ ਚਾਹੀਦੀ ਸੀ ਤੁਹਾਡੇ ਸਾਹਮਣੇ ਜਾਂ ਫਿਰ ਜੇ ਮਿੱਟੀ ਰੱਖੀ ਕੀ ਤੁਸੀਂ ਫਿਰ ਹੱਥ ਦੇ ਉੱਤੇ ਮਿੱਟੀ ਰੱਖੀ ਹੋਈ ਹੈ ਖੂਨ ਨਾ ਭਿੱਜੀ ਕੋਈ ਇਸ ਤਰ੍ਹਾਂ ਦੀ ਚੀਜ਼ ਦਿਖਾਈ ਗਈ ਹੈ ਜਾਂ ਫਿਰ ਤੁਸੀਂ ਉਸ ਨੂੰ ਡਿਸਕ੍ਰਾਈਬ ਕੀਤਾ ਨੀਚੇ ਲਿਖਿਆ ਵੀ ਸਾਡਾ ਥੀਮ ਇਹ ਹੈ ਬਿਲਕੁਲ ਸਰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਉੱਥੇ ਪੰਜਾਬੀ ਵਿੱਚ ਇੱਕ ਪਲੇਟ ਲੱਗੀ ਹੈ ਪੂਰੀ ਉਹਦੀ ਹਿਸਟਰੀ ਲਿਖੀ ਹੈ ਕਿ ਜੱਲ੍ਹਿਆਂਵਾਲੇ ਬਾਗ ਚ ਵਾਪਰਿਆ ਸੀਗਾ ਔਰ ਇੱਕ ਇੰਗਲਿਸ਼ ਚ ਲਿਖਿਆ ਇੱਕ ਹਿੰਦੀ ਚ ਲਿਖਿਆ ਉਹ ਹਿੰਦੀ ਦਾ ਉੱਪਰ ਲੱਗੀ ਹੈ ਹਿੰਦੀ ਸਭ ਤੋਂ ਉੱਪਰ ਲਿਖੀ ਹੋਈ ਉਹ ਵੀ ਉਹ ਵੀ ਦੇਖੋ ਇੱਕ ਫੋਟੋ ਜਿਹੜੀ ਹੈ 2018 ਦੀ ਫੋਟੋ ਹੈ ਉਹ ਜਿਹੜੀ ਦਿਖਾਰੇ ਨੇ ਵੀਡੀਓ ਸੋਸ਼ਲ ਮੀਡੀਆ ਤੇ ਉਹ 2018 ਦੀ ਹੈ ਮੈਂ ਤੁਹਾਨੂੰ ਜਾਣਕਾਰੀ ਦੇਣਾ ਚਾਹਨਾ ਵਾ ਕਿ ਜਿਹੜੀ ਜੱਲਿਆ ਸ਼ੀਦੂਦਮ ਸਿੰਘ ਦੇ ਪਿਛਲੇ ਪਾਸੇ ਜਿਹੜੀ ਅਬਾਰਤ ਲਿਖੀ ਹੈ ਹਿੰਦੀ ਚ ਜੱਲਿਆ ਵਾਲਾ ਬਾਗ ਉੱਪਰ ਲਿਖਿਆ ਫਿਰ ਪੰਜਾਬੀ ਚ ਲਿਖਿਆ ਫਿਰ ਇੰਗਲਿਸ਼ ਚ ਲਿਖਿਆ ਠੀਕ ਹੈ ਜੀ ਉਹ ਉੱਥੋਂ ਹਟਾ ਦਿੱਤਾ ਗਿਆ ਹੈ ਹੁਣ ਸਿਰਫ ਤੇ ਸਿਰਫ ਜਿੱਥੇ ਟਿਕਟ ਖਿੜਕੀ ਲਾਈ ਹੈ ਉਹਦੇ ਉੱਪਰ ਵੱਡਾ ਵੱਡੇ ਅੱਖਰ ਸਟੀਲ ਦੇ ਅੱਖਰਾਂ ਨਾਲ ਜੱਲਿਆਵਾਂ ਵਾਲਾ ਬਾਗ ਪੰਜਾਬੀ ਚ ਲਿਖਿਆ ਗਿਆ ਹੈ ਤੇ ਇਹ ਦੱਸੋ ਵੀ ਤੁਸੀਂ ਉਹ ਮਿੱਟੀ ਵਾਲਾ ਜੇ ਥੀਮ ਰੱਖਿਆ ਸੀ ਮੇਰਾ ਸਵਾਲ ਫੇਰ ਉਹੀ ਹੈ ਕੀ ਹੱਥ ਦੇ ਵਿੱਚ ਮੁਠੀ ਬੰਦ ਨਹੀਂ ਕਰਨੀ ਚਾਹੀਦੀ ਸੀ ਜਾਂ ਫਿਰ ਮਿੱਟੀ ਰੱਖਣੀ ਨਹੀਂ ਚਾਹੀਦੀ ਸੀ ਹੱਥ ਦੇ ਉੱਤੇ ਹੁਣ ਉਹੀ ਮਿੱਟੀ ਇੱਕ ਮਿੰਟ ਬੇਨਤੀ ਆ ਉਹੀ ਮਿੱਟੀ ਹੁਣ ਜਿਹੜੀ ਤੁਸੀਂ ਹੱਥ ਦੇ ਨਹੀਂ ਰੱਖ ਸਕੇ ਜਾਂ ਮੁਠੀ ਬੰਦ ਨਹੀਂ ਕਰ ਸਕੇ ਉਹੀ ਫਿਰ ਹੁਣ ਤੁਹਾਡੇ ਜਾਂ ਸੰਸਥਾ ਦੇ ਸਿਰ 'ਚ ਪਾਦੇ ਪਿਆ ਵੀ ਆ ਲਓ ਚੱਕੋ ਸਰ ਮੈਂ ਤੁਹਾਨੂੰ ਬੇਨਤੀ ਇਹ ਕਰਦਾ ਸਰ ਜਿਹੜਾ ਜੇ ਆਪਾਂ ਮੁਠੀ ਬੰਦ ਕਰ ਲੈਂਦੇ ਤਾਂ ਉਹ ਜਿਹੜੀ ਮਿੱਟੀ ਜਿਹੜੀ ਉਹਦੇ ਹੱਥ ਤੇ ਦਿਖਾਈ ਗਈ ਆ ਖੂਨ ਨਾਲ ਭਿੱਜੀ ਹੋਈ ਉਹ ਕਿੱਦਾਂ ਦਿਖਣੀ ਸੀ ਦੱਸੋ ਮੈਨੂੰ ਆ ਦੇਖੋ ਮੈਂ ਤੁਹਾਨੂੰ ਕਰਕੇ ਦਿਖਾ ਰਿਹਾ ਆ ਉਹ ਕਿੱਦਾਂ ਦਿਖਣੀ ਸੀ ਲੋਕਾਂ ਨੂੰ ਵੀ ਉੱਥੇ ਮਿੱਟੀ ਚੱਕੀ ਆ ਉਦੀ ਧੜੀ ਦੇ ਉੱਤੇ ਸਰ ਉਹਦੀ ਤਲੀ ਦੇ ਉੱਤੇ ਖੂਨ ਨਾਲ ਭਿੱਜੀ ਹੋਈ ਮਿੱਟੀ ਦਾ ਜਿਹੜਾ ਥੋੜਾ ਜਿਹਾ ਪਹਾੜ ਬਣਾ ਕੇ ਅਸੀਂ ਰੱਖਿਆ ਹੋਇਆ ਉਹਦੇ ਤੁਬਕੇ ਵੀ ਇੱਥਾਂ ਲਹੂ ਦੇ ਵਗ ਰਹੇ ਨੇ ਉਹ ਸਰ ਉੱਥੇ ਜਦੋਂ ਕੋਲ ਜਾਂਦੇ ਆ ਦੇਖੋ ਇੱਕ ਇੱਕ ਹੋਰ ਕਮੈਂਟ ਆ ਰਿਹਾ ਸੀਗਾ ਕਿ ਉਹ ਮੜਕੂ ਜਾਂ ਲੱਗਦਾ ਪਿਆ ਸਰ ਬਿਲਕੁਲ ਇੱਕ ਕੁਐਸਚਨ ਹੈਗਾ ਹਾਂਜੀ ਇੱਕ ਰਣਜੀਤ ਬਾਵਾ ਨਾਂ ਦਾ ਕੋਈ ਉਹ ਹੈਗਾ ਸਿੰਗਰ ਜਿਹੜੇ ਨਸ਼ੇ ਪਰੋਸਦੇ ਨੇ ਆਪ ਗਾਣਿਆਂ 'ਚ ਉਹ ਅੱਜ ਸ਼ਹੀਦਾਂ ਦੀਆਂ ਗੱਲਾਂ ਕਰਨ ਦੇ ਨੇ ਉਹ ਉਹ ਕਹਿ ਰਿਹਾ ਵੀ ਉਹ ਮੜਕੂ ਜਿਹਾ ਲੱਗਦਾ ਪੰਜਾਬੀ ਲੱਗਦਾ ਹੀ ਨਹੀਂ ਉਹ ਸਰ ਆਪਾਂ ਉਹਨੂੰ ਸ਼ਹੀਦਾਂ ਨੂੰ ਧਰਮਾਂ ਦੇ ਨਾਂ ਤੇ ਨਹੀਂ ਵੰਡ ਸਕਦੇ ਮਾਫ ਕਰਿਓ ਠੀਕ ਹੈ ਜੀ ਉਹ ਉਹ ਕਹਿ ਰਿਹਾ ਮੜਕੂ ਲੱਗਦਾ ਦੇਖੋ ਜਦੋਂ ਆਪਾਂ ਇੱਕ ਔਰ Apple ਦੇ ਫੋਨ ਨਾਲ ਖਿੱਚਦੇ ਆ Samsung ਦੇ ਫੋਨ ਨਾਲ ਖਿੱਚਦੇ ਆ ਜਾਂ ਹੋਰ ਖਿੱਚਦੇ ਆ ਜਾਂ Canon ਦੇ ਕੈਮਰੇ ਨਾਲ ਖਿੱਚਦੇ ਆ ਮੈਂ ਤੁਹਾਨੂੰ ਤੁਹਾਡੇ ਵਾਸਤੇ ਮੈਂ ਫੋਟੋਆਂ ਵੀ ਤੁਹਾਨੂੰ ਭੇਜਦਾ ਵਾਂ ਤੁਸੀਂ ਕਹੋਗੇ ਵੀ ਇਹ ਕਿੱਡਾ ਜੁੱਥੇ ਵਾਲਾ ਜਿਹੜਾ ਨੌਜਵਾਨ 19 ਸਾਲ ਦਾ ਨੌਜਵਾਨ ਸੀ ਉਹਦੋਂ ਅਸੀਂ ਇਹ ਵੀ ਦਿਖਾਇਆ ਗਿਆ ਦੇਖੋ ਅਸੀਂ ਉਹਨੂੰ 19 ਸਾਲ ਦਾ ਹੀ ਦਿਖਾਇਆ ਕਿਉਂਕਿ ਉਹਦੀ ਜਦੋਂ ਜੱਲਿਆਂ ਵਾਲੇ ਬਾਗ 'ਚ 13 April 1919 'ਚ ਹੱਤਿਆਕੰਡ ਹੋਇਆ 1899 'ਚ ਸ਼ਹੀਦឧਦਮ ਸਿੰਘ ਦਾ ਜਨਮ ਹੋਇਆ 1919 ਵਿੱਚ ਕਾਂਡ ਵਾਪਰਿਆ ਤੇ 19 ਸਾਲਾਂ ਦਾ ਨੌਜਵਾਨ ਮੁੱਛ ਮੁੱਛ ਫੁੱਟ ਗੱਭਰੂ ਅਸੀਂ ਉਹਨੂੰ ਦਿਖਾਇਆ ਗੁਰਸਿੱਖੀ ਬਾਣੇ ਵਿੱਚ ਉਹਨੂੰ ਦਿਖਾਇਆ ਕੁੜਤਾ ਪਜਾਮਾ ਦੇਖੋ ਪੰਜਾਬੀਆਂ ਦੀ ਜਿਹੜੀ ਪਹਿਲੀ ਪਸੰਦ ਹੈ ਕੁੜਤਾ ਪਜਾਮਾ ਔਰ ਜੈਕਟ ਔਰ ਜਿਹੜੀ ਉਹਨੇ ਪੱਗ ਬੰਨੀ ਹੈ ਭਗਤ ਸਿੰਘ ਜੇ ਵੀ ਤੁਸੀਂ ਦੇਖਿਆ ਹੋਵੇਗਾ ਪੱਗ ਸਿੰਘ ਨੇ ਵੀ ਇਦਾਂ ਤੁਰਲਾ ਛੱਡ ਕੇ ਜਿਹੜੀ ਹੈ ਉਦੋਂ ਜਿਹੜਾ 1919 ਦੇ ਜਿਹੜਾ ਟਾਈਮ ਸੀਗਾ ਉਦੋਂ ਇਦਾਂ ਦੀਆਂ ਹੀ ਪੱਗਾਂ ਬੰਨਦੇ ਸੀ ਸ਼ਹੀਦ ਉਧਮ ਸਿੰਘ ਜੀ ਦੀ ਇੱਕ ਫੋਟੋ ਆਂਦੀ ਹੈ ਜਿਹੜਾ ਉਹ ਗੁਰਦੁਆਰੇ ਵਿੱਚ ਇੰਗਲੈਂਡ ਦੇ ਗੁਰਦੁਆਰੇ ਵਿੱਚ ਸੇਵਾ ਕਰ ਰਿਹਾ ਠੀਕ ਹੈ ਉੱਥੇ ਵੀ ਉਹਨੇ ਉਹੋ ਜੀ ਪੱਗ ਬੰਨੀ ਆ ਅਸੀਂ ਸਰ ਬਹੁਤ ਸਟੱਡੀ ਕਰਕੇ ਚੀਫ ਖਾਲਸਾ ਦੀਵਾਨ ਦੇ ਵਿੱਚ ਉਹ ਜਿੱਥੇ ਉਹ ਉਹਦਾ ਜੀਵਨ ਬਤੀਤ ਹੋਇਆ ਉੱਥੇ ਉਹਦੇ ਉੱਥੇ ਵੀ ਅਸੀਂ ਰਿਸਰਚ ਕੀਤੀ ਅੱਜ ਵੀ ਉੱਥੇ ਉਹਦਾ ਕਮਰਾ ਮੌਜੂਦ ਹੈ ਉੱਥੇ ਉਹਦਾ ਪਲੰਗ ਲੱਗਾ ਹੋਇਆ ਸ਼ਹੀਦ ਉਦਮ ਸਿੰਘ ਜੀ ਦਾ ਦੋ ਟਾਈਮ ਨਿਤਨੇਮ ਹੁੰਦਾ ਉੱਥੇ ਤੇ ਅਸੀਂ ਉੱਥੋਂ ਸਾਰੀਆਂ ਜਿਹੜੇ ਮੂਰਤੀਕਾਰ ਨੇ ਸਟੱਡੀ ਕਰਕੇ ਫੇਰ ਇਹ ਬੁੱਤ ਬਣਾਇਆ ਇੱਕ ਸਵਾਲ ਇਹ ਹੈ ਵੀ ਕਹਿੰਦੇ ਲੋਕੀ ਜੇ ਮੋਮ ਦਾ ਬੁੱਤ ਮਨਮੋਹਨ ਸਿੰਘ ਦਾ ਬਣਾਇਆ ਜਾ ਸਕਦਾ ਹੂਬ ਹੂ ਸ਼ਾਰੂਖ ਖਾਨ ਜਾਂ ਫਿਰ ਦਲਜੀਤ ਦੋਸਾਂਝ ਦਾ ਹੂਬ ਹੂ ਮੋਮ ਦਾ ਬੁੱਤ ਬਣਾਇਆ ਜਾ ਸਕਦਾ ਇਸ ਸ਼ਹੀਰ ਦੀ ਸ਼ਕਰ ਜਿਹੜੀ ਹੈ ਕਿਸੇ ਪਿਕਚਰ ਦੇ ਨਾਲ ਜ਼ਿਆਦਾ ਮਿਲਦੀ ਨਹੀਂ ਹੈ ਕੀ ਇਹ ਸੱਚ ਹੈ ਸਰ ਮੈਂ ਤੁਹਾਨੂੰ ਇੱਕ ਬੇਨਤੀ ਹੋਰ ਕਰਨੀ ਚਾਹਾਂਗਾ ਕਿ ਆਪਾਂ ਥੋੜੀਆਂ ਵਿਰਲੀਆਂ ਹੀ ਫੋਟੋ ਜਿਹੜੀਆਂ ਸ਼ਹੀਦ ਉਦਮ ਸਿੰਘ ਜੀ ਦੀਆਂ ਹੈਗੀਆਂ ਨੇ ਜਦੋਂ ਕੈਕਸਟਰਨ ਹਾਲ ਦੇ ਵਿੱਚ ਗਿਆ ਉਹਨੇ 21 ਸਾਲ ਜਿਹੜਾ ਇੱਥੋਂ ਜਦੋਂ ਜਲ੍ਹਿਆਵਾਲੇ ਬਾਗ ਦਾ ਹੱਟਿਆ ਕਾਂਡ ਹੋਇਆ ਉਸ ਤੋਂ ਬਾਅਦ ਉਹ ਇੰਡੀਆ ਵਿੱਚੋਂ ਆਂਦਾ ਰਿਹਾ ਵਿੱਚੋਂ ਜਾਂਦਾ ਰਿਹਾ ਉਹ ਵਿਦੇਸ਼ਾਂ ਵਿੱਚ ਹੀ ਘੁੰਮਦਾ ਰਿਹਾ ਆਪਣੇ ਮਿਸ਼ਨ ਨੂੰ ਪੂਰਾ ਕਰਨ ਵਾਸਤੇ ਉਹ ਜਰਮਨੀ ਵੀ ਗਿਆ ਉਹ ਅਮਰੀਕਾ ਵੀ ਗਿਆ ਉਹ ਹਰ ਕੰਟਰੀ ਵਿੱਚ ਗਿਆ ਇੱਕ ਇੱਕ ਫਿਲਮ ਵਿੱਚ ਵੀ ਆਉਂਦਾ ਜਿਕਰਾਂ ਦਾ ਵੀ ਉਹਨੇ ਫਿਲਮ ਚ ਵੀ ਰੋਲ ਕੀਤਾ ਕਿਉਂਕਿ ਉਹਨਦੇ ਕੋ ਪੈਸੇ ਮੁੱਕ ਗਏ ਸੀਗੇ ਉਹਨੇ ਆਪਣਾ ਮਿਸ਼ਨ ਨਹੀਂ ਛੱਡਿਆ 21 ਸਾਲ ਉਹਨੇ ਜਿਹੜੀ ਮਿੱਟੀ ਦੀ ਸੌਂ ਖਾਦੀ ਸੀ ਨਾ ਉਹ ਨੂੰ ਹਰ ਰਾਤ ਨਿਚੰਜੋੜਦੀ ਸੀ ਫਿਲਮ 'ਚ ਵੀ ਦਿਖਾਇਆ ਜਿਹੜੀ ਰਾਜ ਬੱਬਰ ਨੇ ਬਣਾਈ ਆ ਫਿਲਮ ਉਹਦੇ ਵਿੱਚ ਵੀ ਦਿਖਾਇਆ ਵੀ ਉਹਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਸੀ ਵੀ ਮੈਂ ਮਿੱਟੀ ਦੀ ਸੌ ਖਾਦੀ ਆ ਖੂਨ ਨਾਲ ਭਿੱਜੀ ਹੋਈ ਦੀ ਤੇ ਉਹ ਮੈਂ ਆਪਣਾ ਬਦਲਾ ਜਿਹੜਾ ਲੈਣਾ ਹੀ ਲੈਣਾ ਹੈ 21 ਸਾਲ ਉਹ ਆਪਣਾ ਕਈ ਤੁਸੀਂ ਦੇਖਿਆ ਹੋਵੇਗਾ ਅੰਗਰੇਜ਼ਾਂ ਦੇ ਲਾਲਚ ਵਿੱਚ ਆ ਕੇ ਅੱਜ ਕਈ ਅਮੀਰ ਹੋ ਗਏ ਉਹਨਾਂ ਨੇ ਜਾਇਦਾਦਾਂ ਤਾਂ ਲੈ ਲੀਆਂ ਜੈਲਦਾਰੀਆਂ ਲੈ ਲੀਆਂ ਇੰਗਲੈਂਡ ਸੈਟਲ ਹੋ ਗਏ ਠੀਕ ਹੈ ਪਰ ਉਹ ਜਿਹੜਾ ਯੋਧਾ ਸੀ ਉਹਨੇ ਆਪਣਾ ਮਿਸ਼ਨ ਨਹੀਂ ਛੱਡਿਆ ਕਿਉਂਕਿ ਉਹਨੂੰ ਉਹ ਖੂਨ ਨਾਲ ਪਿਜੀ ਹੋਈ ਮਿੱਟੀ ਹਰ ਟਾਈਮ ਯਾਦ ਰਹਿੰਦੀ ਸੀਗੀ ਠੀਕ ਹੈ ਨਾ ਜੀ ਤੇ ਉਹਨੇ ਆਪਣਾ ਜਿਹੜਾ ਬਦਲਾ ਜਿਹੜਾ ਉਹਨੇ ਉਹਨੇ ਦੇਖੋ ਆਪਣਾ ਮਿਸ਼ਨ ਪੂਰਾ ਕਰਨ ਵਾਸਤੇ ਆਪਣੇ ਕੇਸ ਵੀ ਕਤਲ ਕੀਤੇ ਕਿੰਨੀ ਉਹਨੇ ਕੁਰਬਾਨੀ ਕੀਤੀ ਹੈ ਇੱਕ ਗੁਰਸਿੱਖ ਉਹਨੇ ਆਪਣਾ ਮਿਸ਼ਨ ਪੂਰਾ ਕਰਨ ਵਾਸਤੇ ਉਹਨੇ ਕੇਸ ਕਤਲ ਕਰਾਏ ਉਹ ਅੰਗਰੇਜ਼ਾਂ ਦੇ ਰੂਪ ਵਿੱਚ ਬਣ ਕੇ ਹੈਟ ਲੈ ਕੇ ਕਿਤਾਬ ਦੇ ਵਿੱਚ ਪਿਸਤੋਲ ਫਿੱਟ ਕਰਕੇ ਉਹ ਅੰਦਰ ਕੈਕਸਟਨ ਹਾਲ ਦੇ ਕਿਸ ਕਿਸ ਹਾਲਾਤਾਂ ਨਾਲ ਗਿਆ ਹੋਵੇਗਾ ਇਹਦੀ ਟਾਈਟ ਸਿਕਿਉਰਟੀ ਉੱਥੇ ਜਦੋਂ ਉਹ ਕਾਨਫਰੈਂਸ ਹੋ ਰਹੀ ਸੀਗੀ ਉੱਥੇ ਗੋਰਿਆਂ ਦੇ ਵੱਡੇ ਵੱਡੇ ਜਿਹੜੇ ਗਵਰਨਰ ਜਰਨਲ ਸਾਰੇ ਉੱਥੇ ਹਾਜ਼ਰ ਸੀਗੇ ਜਿੱਥੇ ਜਿਹੜਾ ਕੈਕਸਟਨ ਹਾਲ 'ਚ ਸਰ ਮਾਈਕਲ ਓਡਵਾਇਰ ਡਿੰਗਾ ਮਾਰ ਰਿਹਾ ਸੀ ਕਿ ਮੈਂ ਜਿਹੜਾ ਇਹਨਾਂ ਨੂੰ ਜੁੱਤੀ ਦੇ ਜ਼ੋਰ ਤੇ ਠੀਕ ਕਰ ਲਾਂਗਾ ਇੰਡੀਅਨ ਨੂੰ ਤੇ ਉੱਥੇ ਉਹਨੇ ਜਿਹੜਾ ਇਹ ਸੁਣ ਕੇ ਔਰ ਠਾ ਠਾ ਕਰਦੀਆਂ ਜਿਹੜੀਆਂ ਤਿੰਨ ਗੋਲੀਆਂ ਉਹਦੇ ਮਾਰੀਆਂ ਨੇ ਉੱਥੇ ਹੀ ਉਹ ਢੇਰ ਹੋ ਗਿਆ ਉਦੋਂ ਉਸ ਤੋਂ ਬਾਅਦ ਜਦੋਂ ਉਹਨੂੰ ਫੜ ਕੇ ਲੈ ਜਾ ਰਹੇ ਨੇ ਉਹ ਉਸ ਸਮੇਂ ਦੀ ਫੋਟੋ ਵੀ ਇੱਕ ਮੈਂ ਤੁਹਾਨੂੰ ਭੇਜਾਂਗਾ ਉਹ ਵੀ ਦੇਖਿਓ ਤੁਸੀਂ ਉਹਨੂੰ ਹੱਥ ਕੜੀਆਂ ਲਿਜਾ ਕੇ ਜਿਹੜਾ ਲਿਜਾ ਰਹੇ ਨੇ ਉਹਨੇ ਹੈਟ ਪਾਈ ਹੋਈ ਹੈ ਉਹਦਾ ਸਰੂਪ ਵੀ ਤੁਸੀਂ ਦੇਖ ਲੋਗੇ ਅੰਗਰੇਜ਼ਾਂ ਵਾਲਾ ਸਰੂਪ ਬਣਾਇਆ ਹੋਇਆ ਉਹ ਕਈ ਰੂਪ ਬਦਲੇ ਆ ਉਹਨੇ ਠੀਕ ਹੈ ਨਾ ਇੱਕ ਇੱਕ ਸਵਾਲ ਇਹ ਹੈ ਵੀ ਜਦੋਂ ਤੁਸੀਂ ਇਹ ਬੁੱਤ ਬਣਾਉਣ ਜਾ ਰਹੇ ਸੀ ਤੁਸੀਂ ਕਹਿ ਰਹੇ ਹੋ ਦਾਵਾ ਕਰਦੇ ਹੋ ਵੀ ਇਹ ਬੁੱਤ 2 ਸਾਲ ਪਹਿਲੇ ਲੱਗਿਆ ਹੋਇਆ ਜਦੋਂ ਇਹ ਬੁੱਤ ਬਣਾਇਆ ਜਾ ਰਿਹਾ ਸੀ ਇਹ ਸ਼ਹੀਦ ਉਦਮ ਸਿੰਘ ਦਾ ਜਨਮ ਸਥਾਨ ਸੁਨਾਮ ਹੈ ਸੁਨਾਮ ਸ਼ਹਿਰ ਦੇ ਵਿੱਚ ਕੁਝ ਉਹਨਾਂ ਦੇ ਰਿਸ਼ਤੇਦਾਰ ਵੀ ਰਹਿੰਦੇ ਆ ਜਾਂ ਉਹਨਾਂ ਦੇ ਨਾਮ ਤੇ ਬਹੁਤ ਸੰਸਥਾਵਾਂ ਬਣੀ ਆ ਕੀ ਤੁਸੀਂ ਸੁਨਾਮ ਦੇ ਲੋਕਾਂ ਦੇ ਨਾਲ ਜਾ ਕੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੂੰ ਦੱਸਿਆ ਸੀਗਾ ਵੀ ਅਸੀਂ ਆਹ ਬੁੱਤ ਬਣਾ ਰਹੇ ਹਾਂ ਜੀ ਬਿਲਕੁਲ ਅਸੀਂ ਦੇਖੋ ਸਾਡੇ ਉੱਥੇ ਚਮਕੌਰ ਹੰਡਾ ਜੀ ਹੈਗੇ ਨੇ ਜਿਹੜੇ ਆਪਣੇ ਸੁਨਾਮ ਦੇ ਜਿਹੜੇ ਸਾਡੇ ਪ੍ਰਧਾਨ ਨੇ ਅੰਤਰਰਾਸ਼ਟਰੀ ਸਰਕਮੋਜ ਸਮਾਜ ਦੇ ਅਸੀਂ ਸਾਰੇ ਜਿੱਥੇ ਜਿਹੜਾ ਸ਼ਹੀਦ ਉਦਮ ਸਿੰਘ ਦਾ ਘਰ ਸੀਗਾ ਉੱਥੇ ਵੀ ਜਾ ਕੇ ਆਏ ਉੱਥੇ ਉਹਨਾਂ ਦੇ ਜਿਹੜੇ ਸਾਖ ਸੰਬੰਧੀ ਕਹਿੰਦੇ ਨੇ ਵੀ ਹੈਗੇ ਨੇ ਉਹਨਾਂ ਨੂੰ ਵੀ ਮਿਲੇ ਆ ਸਾਰਿਆਂ ਨੂੰ ਮਿਲ ਕੇ ਸਾਰਿਆਂ ਨੂੰ ਹੀ ਅਸੀਂ ਇੱਕ ਗੱਲ ਕਨਵਿੰਸ ਕਰਾਈ ਕਿ ਜਦੋਂ ਉਹਦੇ ਹੱਥ 'ਚ ਦੇਖੋ ਆਪਾਂ ਮਾਫ ਕਰਿਓ ਜੇ ਆਪਾਂ ਅਸਲ ਚੀਜ਼ ਦਿਖਾਣੀ ਹੈ ਅਸਲ ਚੀਜ਼ ਆਪਣੀ ਪੀੜ੍ਹੀ ਵਾਸਤੇ ਜੇ ਪੇਸ਼ ਕਰਨੀ ਹੈ ਤਾਂ ਫਿਰ ਸਾਨੂੰ ਸੱਚਾਈ ਨਾਲ ਜਿਹੜਾ ਉਹ ਜੁੜਨਾ ਪਏਗਾ ਜਦੋਂ ਉਹ 1940 ਵਿੱਚ 13 ਮਾਰਚ 1940 ਵਿੱਚ ਗੋਲੀ ਮਾਰਦਾ ਸਰ ਮਾਈਕਲ ਅਡਵਾਇਰ ਦੇ ਬਦਲਾ ਲਿੰਦਾ ਜਿਹੜੇ ਨਥੇ ਜਿਹੜੇ ਹਿੰਦੂਸਤਾਨੀਆਂ ਦਾ ਖੂਨ ਡੁੱਲਿਆ ਸੀ ਉਸ ਟਾਈਮ ਉਹ ਕਲੀਨ ਸ਼ੇਵ ਸੀ ਹੈਟ ਲਾਈ ਹੋਈ ਸੀ ਉਹਨੇ ਸਿਰ ਦੇ ਉੱਤੇ ਤੇ ਫਿਰ ਉਹ ਉਸ ਟਾਈਮ ਉਹ 40 41 ਸਾਲਾਂ ਦਾ ਸੀ ਜੀ ਠੀਕ ਹੈ ਸਾਨੂੰ ਫਿਰ ਉਹ ਜਿਹੜੀ ਮੂਰਤੀ ਲਗਾਣੀ ਚਾਹੀਦੀ ਸੀਗੀ ਜੇ ਅਸੀਂ ਪਿਸਤੌਲ ਫੜਾਣੀ ਹੁੰਦੇ ਹੱਥ ਜੀ ਦੇਖੋ ਜੱਲਿਆਂ ਵਾਲਾ ਬਾਗ ਜਿਹੜਾ ਹੈਗਾ ਇਹ ਮੈਮੋਰੀਅਲ ਟਰਸਟ ਹੈਗਾ ਇੱਥੇ ਸਾਰੀ ਆਉਣ ਵਾਲੀ ਪੀੜ੍ਹੀ ਨੇ ਇੱਥੋਂ ਸੇਧ ਲੈਣੀ ਹੈਗੀ ਹੈ ਠੀਕ ਹੈ ਜੇ ਅਸੀਂ ਉੱਥੇ ਆ ਚੀਜ਼ ਦਿਖਾਉਂਦੇ ਜੇ ਉੱਥੇ ਹੈਟ ਵਾਲਾ ਲਾ ਕੇ ਤੇ ਫਿਰ ਉਦੋਂ 40 41 ਸਾਲ ਦਾ ਸੀਗਾ ਫਿਰ ਪਿਸਤੌਲ ਫੜਾ ਸਕਦੇ ਸੀ ਅਸੀਂ ਫਿਰ ਤੁਸੀਂ ਇਮੇਜਿਨ ਕਰ ਸਕਦੇ ਹੋ ਕਿ ਕੀ ਮਤਲਬ ਕਿ ਉੱਥੇ ਹਾਲਾਤ ਹੋਣੇ ਸੀਗੇ ਫਿਰ ਤਾਂ ਸਾਡਾ ਵੈਸੇ ਹੀ ਜੀਣਾ ਹਰਾਮ ਹੋ ਜਾਣਾ ਸੀਗਾ ਸਮਝੋ ਠੀਕ ਹੈ ਕਿ ਨਹੀਂ ਤੇ ਅਸੀਂ ਤਾਂ ਮਤਲਬ ਕਿ ਇੱਕ ਆਉਣ ਵਾਲੀ ਪੀੜ੍ਹੀ ਨੂੰ ਜਿਹੜਾ ਮਤਲਬ ਕਿ ਇੱਕ ਸੁਨੇਹਾ ਦਿੱਤਾ ਔਰ ਸਚਾਈ ਦਿਖਾਈ ਹੈ ਕਿ ਜੱਲਿਆਂ ਵਾਲੇ ਬਾਗ ਚ ਉਹਨੇ ਮਿੱਟੀ ਚੱਕ ਕੇ ਖੂਨ ਨਾਲ ਪਿਜੀ ਹੋਈ ਮਿੱਟੀ ਚੱਕ ਕੇ ਆਪਣਾ ਪ੍ਰਣ ਲਿਆ ਔਰ 21 ਸਾਲਾਂ ਬਾਅਦ ਉਹ ਜਿਹੜਾ ਬਦਲਾ ਲਿਆ ਔਰ ਆਉਣ ਵਾਲੀ ਪੀੜ੍ਹੀ ਨੂੰ ਵੀ ਇਥੋਂ ਮੈਸੇਜ ਮਿਲੇਗਾ ਕਿ ਇੱਕ ਜਿਹੜਾ ਮਨ ਚ ਆਪਾਂ ਧਾਰ ਲਓ ਉਹ ਆਪਾਂ ਨੇ ਮਨ ਚ ਜਿਹੜਾ ਧਾਰੀ ਚੀਜ਼ ਆ ਉਹਨੂੰ ਪੂਰਾ ਕਰਨਾ ਇਹ ਸ਼ੀਦੂਦਮ ਸਿੰਘ ਦੇ ਉਸ ਸਟੈਚੂ ਤੋਂ ਪ੍ਰੇਰਣਾ ਮਿਲੇਗੀ ਆਉਣ ਵਾਲੀ ਤੁਸੀ ਜੇ ਤੁਹਾਨੂੰ ਇਹ ਪੁੱਛਿਆ ਜਾਵੇ ਕਿ ਤੁਸੀਂ ਇਸ ਗੱਲ ਨੂੰ ਪੂਰੇ ਤਨ ਮਨ ਦੇ ਨਾਲ ਪ੍ਰੋਮਿਸ ਕਰਦੇ ਹੋ ਕਿ ਤੁਹਾਡੀ ਜਿਹੜੀ ਸੰਸਥਾ ਹੈ ਵੀ ਇਹ ਭਾਜਪਾ ਦੇ ਨਾਲ ਰਲਗੱਡ ਨਹੀਂ ਹੈ ਵੀ ਇਹਦੇ ਵਿੱਚ ਸਰਕਾਰ ਦੀ ਕੋਈ ਵੀ ਸਾਜ਼ਿਸ਼ ਨਹੀਂ ਹੈ ਤੁਹਾਡੀ ਸੰਸਥਾ ਵੱਲੋਂ ਜ ਮਿਲ ਕੇ ਸਰ ਪਹਿਲਾਂ ਤਾਂ ਮੈਂ ਇੱਕ ਬੇਨਤੀ ਕਰਾਂ ਚਾਹਾਂਗਾ 2016 ਤੋਂ ਲੈ ਕੇ ਉਸ ਤੋਂ ਪਹਿਲਾਂ ਵੀ ਕਈ 70 ਸਾਲ ਹੋ ਗਏ ਸਾਡੇ ਬਜ਼ੁਰਗਾਂ ਨੂੰ ਘਾਲਣਾ ਕਰਦਿਆ ਮੈਂ ਤੁਹਾਨੂੰ ਜਿਵੇਂ ਦੱਸਿਆ ਵੀ ਸੀਦੂ ਦਮ ਸਿੰਘ ਨੂੰ ਮਾਨ ਸਨਮਾਨ ਪਹਿਲਾਂ ਤਾਂ ਅਨਗੋਲਿਆ ਸੀ ਸੀਗਾ ਪਹਿਲਾਂ ਤਾਂ ਪਤਾ ਹੀ ਨਹੀਂ ਸੀ ਕਿਸੇ ਨੂੰ ਵੀ ਸ਼ਹੀਦ ਉੱਥੇ ਹੋਇਆ ਉਹ ਤਾਂ ਕਿਸੇ ਵਕੀਲ ਜਿਹੜਾ ਕ੍ਰਿਸ਼ਨਾ ਮੈਨਨ ਦਾ ਜਿਹੜਾ ਵਕੀਲ ਸੀਗਾ ਅਸਿਸਟੈਂਟ ਵਕੀਲ ਸੀਗਾ ਉਹਨੇ ਦੱਸਿਆ ਕਿਤੇ ਬਈ ਉੱਥੇ ਜਾ ਕੇ ਜਿਹੜੀ ਪੈਟਰਨ ਵਿਲਾ ਜੇਲ ਦੇ ਵਿੱਚ ਇੱਕ ਉਦਮ ਸਿੰਘ ਨਾਂ ਦੇ ਜਿਹੜੇ ਆ ਉੱਥੇ ਇੱਕ ਹਸਤੀਆਂ ਪਈਆਂ ਯੋ ਤੁਹਾਡਾ ਪੰਜਾਬ ਦਾ ਸ਼ਹੀਦ ਹੋਇਆ ਉੱਥੇ ਉਹਨੂੰ ਉਹਨੇ ਉਹਨੂੰ ਡਾਇਰ ਨੂੰ ਮਾਰ ਡਾਇਰ ਨੂੰ ਮਾਰਿਆ ਸੀਗਾ ਉੱਥੋਂ ਫਿਰ ਪਤਾ ਲੱਗਾ 1973 ਵਿੱਚ ਤੋਂ ਪਹਿਲਾਂ ਕਈ ਕਨਫਰੈਂਸਾਂ ਹੋਈਆਂ 1973 ਵਿੱਚ ਜਲਾਲਾਬਾਦ ਕਨਫਰੈਂਸ ਹੋਈ ਸਾਡੇ ਬਜ਼ੁਰਗਾਂ ਨੇ ਕੀਤੀ ਉੱਥੇ ਜਾ ਕੇ ਉਹ ਮਤਾ ਪਾਸ ਹੋਇਆ ਫਿਰ ਜਾ ਕੇ ਵਿਗਿਆਨੀ ਜੈਲ ਸਿੰਘ ਇੰਦਰਾ ਗਾਂਧੀ ਤੱਕ ਪਹੁੰਚ ਹੋਈ ਤਾਂ ਜਾ ਕੇ ਕਿਤੇ ਉਹ ਹਸਤੀਆਂ 1973 ਵਿੱਚ ਆ ਸਕੀਆਂ ਤੇ ਅੱਜ ਵੀ ਜਿਹੜੇ ਇਹ ਕੌਮੀ ਸ਼ਹੀਦ ਨੇ ਇਹਨਾਂ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਕੇਂਦਰ ਸਰਕਾਰ ਨੇ ਅਸੀਂ ਉਹ ਵੀ ਮੰਗ ਕੀਤੀ ਸੀ ਵੀ ਜੇ ਸ਼ਹੀਦ ਭਗਤ ਸਿੰਘ, ਚੀਦੂਦਮ ਸਿੰਘ, ਕਰਤਾਰ ਸਿੰਘ ਸਰਾਭਾ ਵਰਗੇ ਜਿਹੜੇ ਇਹਨਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਪਰ ਉਹ ਕਿਤੇ ਕਹਿੰਦੇ ਨੇ ਟ੍ਰੀਟੀ ਆੜੇ ਜਾਂਦੀ ਆ ਵੀ ਇਹਨਾਂ ਨੂੰ ਸ਼ਹੀਦ ਦਾ ਦਰਜਾ ਨਹੀਂ ਦੇਜਦੇ ਉਹਦਾ ਸਾਰੇ ਲੀਡਰ ਕਹਿੰਦੇ ਨੇ ਉਹ ਤਾਂ ਜੀ ਸ਼ਹੀਦ ਤਾਂ ਹੈ ਹੀ ਸ਼ਹੀਦ ਪਰ ਕਾਗਜ਼ਾਂ ਵਿੱਚ ਕੋਈ ਕੌਮੀ ਸ਼ਹੀਦ ਨਹੀਂ ਉਹਨਾਂ ਨੂੰ ਕਰਿਆ ਗਿਆ ਤੇ ਮੈਂ ਤੁਹਾਨੂੰ ਹਾਂਜੀ ਮੈਂ ਇਹੀ ਕਹਿਣਾ ਚਾਹਨਾ ਵਾ ਬਈ ਜਿਹੜਾ ਸ਼ਹੀਦ ਨੇ ਉਹ ਜਾਤਾਂ ਪਾਤਾਂ ਤੋਂ ਧਰਮਾਂ ਤੋਂ ਉੱਪਰ ਹੁੰਦੇ ਨੇ ਔਰ ਆਪਾਂ ਨੇ ਜਿਹੜੀ ਸਚਾਈ ਜਿਹੜੀ ਚੀਜ਼ ਸੀਗੀ ਉਹ ਉੱਥੇ ਪੇਸ਼ ਕੀਤੀ ਹੈਗੀ ਆ ਤੇ ਮੂਰਤੀਕਾਰ ਕੋਲ ਵੀ ਅਸੀਂ ਉਹਨੇ ਆਪਣੀ ਜਿੰਨੀ ਵਾ ਲੱਗਦੀ ਸੀ ਜਿੰਨਾ ਉਹਨੇ ਕਲਪਨਾ ਕੀਤੀ ਉਹਦੇ ਸਰੂਪ ਦੀ ਉਹਨੇ ਸਟੱਡੀ ਕੀਤੀ ਉਸ ਹਿਸਾਬ ਨਾਲ ਉਹਨਾਂ ਨੇ ਜਿਹੜਾ ਉਹ ਸਟੈਚੂ ਬਣਾਇਆ ਹੁੰਦੇ ਹੱਥ ਚ ਲਾਲ ਰੰਗ ਦੀ ਮਿੱਟੀ ਫੜਾਈ ਹੋਈ ਸੁੰਦਰੀ ਕਰਨ ਦੇ ਨਾਮ ਦੇ ਉੱਤੇ ਵੀ ਕਹਿੰਦੇ ਆ ਵੀ ਇਤਿਹਾਸ ਦੇ ਨਾਲ ਛੇੜਖਾਨੀ ਹੋਈ ਐ ਕੀ ਤੁਹਾਡੀ ਸੰਸਥਾ ਨੂੰ ਇਸ ਬਾਰੇ ਪਤਾ ਹੈ ਬਿਲਕੁਲ ਸਰ ਗੱਲ ਮੈਂ ਤੁਹਾਨੂੰ ਗੱਲ ਮੁੱਦੇ ਦੀ ਇਹ ਹੈ ਉਹ ਗੱਲ ਪਟਕ ਗਈ ਗੱਲ ਕਿਦਾਂ ਪਟਕ ਗਈ ਦੇਖੋ ਮੈਂ ਮਤਲਬ ਕਿ ਮੈਂ ਕੋਈ ਮੋਦੀ ਦਾ ਬੈਲਬਿਸ਼ਰ ਨਹੀਂ ਹੈਗਾ ਜਾਂ ਦੇਖੋ ਸਾਡੇ ਅਸੀਂ ਵੀ ਰੋਟੀ ਖਾਂਦੇ ਆ ਅਸੀਂ ਰੋਟੀ ਜੇ ਕਿਸਾਨ ਉਗਾਏਗਾ ਅੰਨਦਾਤਾ ਉਗਾਏਗਾ ਤਾਂ ਹੀ ਅਸੀਂ ਰੋਟੀ ਖਾਵਾਂਗੇ ਦੇਖੋ ਕੋਈ ਵੀ ਇੱਕ ਸੰਗਠਨ ਭਾਵੇਂ 10 15 ਬੰਦਿਆਂ ਦਾ ਹੁੰਦਾ ਹੈ ਉਹਦੀ ਵੀ ਆਵਾਜ਼ ਜਿਹੜਾ ਦੇਸ਼ ਦੇ ਹੁਕਮਰਾਨ ਸੁਣਦੇ ਨੇ ਪਰ ਇੱਥੇ ਦਾ ਲੱਖਾਂ ਗਿਣਤੀ ਵਿੱਚ ਕਿਸਾਨ ਉੱਥੇ ਬੈਠੇ ਨੇ 110 ਦਿਨ ਹੋ ਗਏ ਅੱਜ ਇਹ ਨਹੀਂ ਅਸੀਂ ਅਸੀਂ ਕਿਸਾਨ ਹੈ ਤੈਸੀਆਂ ਅਸੀਂ ਵੀ ਉੱਥੇ ਲੰਗਰ ਲਾ ਕੇ ਆਏ ਆ ਅਸੀਂ ਵੀ ਉੱਥੇ ਹਾਜ਼ਰੀਆਂ ਆਪਣੀਆਂ ਲਾ ਕੇ ਆਏ ਆ ਸ਼ਹੀਦ ਉਧਮ ਸਿੰਘ ਦਾ 31 ਜੁਲਾਈ ਨੂੰ ਐਤਕੀ ਜਿਹੜਾ ਉੱਥੇ ਬਲੱਡ ਡੋਨੇਸ਼ਨ ਦੇ ਕੈਂਪ ਵਿੱਚ ਅਸੀਂ ਟਿਕਰੀ ਬਾਰਡਰ ਦੇ ਉੱਤੇ ਇੱਕ ਕੈਂਪ ਲਾਇਆ ਐਤਕੀ ਅਸੀਂ ਅਸੀਂ ਕਿੱਦਾਂ ਉੱਥੇ ਅਸੀਂ ਤਾਂ ਜਿਹੜੇ ਹੈਗੇ ਆ ਜਿਹੜੀ ਸੱਚਾਈ ਦੇ ਉੱਤੇ ਚੱਲਣ ਵਾਲੇ ਬੰਦੇ ਹੈਗੇ ਆ ਅਸੀਂ ਜਿਹੜਾ ਸਾਡਾ ਕੋਈ ਕਿਸੇ ਨਾਲ ਨਹੀਂ ਨਾ ਸਾਨੂੰ ਕੇਂਦਰ ਸਰਕਾਰ ਨੇ ਇਹਦੇ 'ਚ ਕੋਈ ਫੰਡ ਦਿੱਤਾ ਨਾ ਸਾਨੂੰ ਪੰਜਾਬ ਸਰਕਾਰ ਨੇ ਫੰਡ ਦਿੱਤਾ ਨਾ ਸਰਕਾਰ ਨੇ ਸਾਨੂੰ ਪੁੱਛਿਆ ਨਾ ਅਸੀਂ ਉਹਨਾਂ ਨੂੰ ਕਿਹਾ ਵੀ ਸਾਨੂੰ ਕੋਈ ਫੰਡ ਦਿਓ ਸਾਰੇ ਜਿਹੜੇ ਸ਼ਹੀਦ ਨੂੰ ਪਿਆਰ ਕਰਨ ਵਾਲਿਆਂ ਨੇ ਇਹਦੇ ਤਿੱਲ ਫੁੱਲ ਮਾਇਆ ਜਿਹੜੀ ਪੇਂਟ ਕੀਤੀ ਉਹਨਾਂ ਦੇ ਉਹਨਾਂ ਦੇ ਜੋ ਪੈਸਾ ਇਕੱਠਾ ਹੋਇਆ ਸੀ ਉੱਤੇ ਬੁੱਤ ਤੇ ਜਿਹੜਾ ਬਣਾਇਆ ਠੀਕ ਹੈ ਨਾ ਜੀ ਅਸੀਂ ਅਸੀਂ ਨਹੀਂ ਕਹਿੰਦੇ ਹੈਗੇ ਵੀ ਜਿਹੜਾ ਉਹ ਸਾਰਾ ਜਿਹੜਾ ਬੁੱਤ ਦਾ ਜਿਹੜਾ ਸਰੂਪ ਹੈਗਾ ਅਸੀਂ ਜਿਹੜੀ ਜੋ ਉਸੇ ਦੇ ਹਾਲਾਤ ਸੀਗੇ ਵਿਸਾਖੀ ਵਾਲੇ 13 1919 ਵਾਲੇ ਦਿਨ ਦੇ ਉਹ ਉਹ ਪੇਸ਼ ਕੀਤੇ ਹਨ ਅਸੀਂ ਤੁਹਾਡਾ ਫੇਰ ਸਵਾਲ ਉੱਥੇ ਅੱਜ ਉੱਥੇ ਇੱਕ ਗੱਲ ਦਾ ਵਿਰੋਧ ਹੁੰਦਾ ਜਲ੍ਹਿਆਂਵਾਲੇ ਬਾਗ ਦੇ ਵਿੱਚ ਹਾਂਜੀ ਹਾਂਜੀ ਉਦਮ ਸਿੰਘ ਦੇ ਸਮੇਂ ਜਿਹੜੇ ਉੱਥੋਂ ਸ਼ਹੀਦ ਹੋਏ ਸੀ ਉਹਨਾਂ ਦੇ ਵਾਰਸਾਂ ਵੱਲੋਂ ਕਿ ਮੋਦੀ ਸਰਕਾਰ ਵੱਲੋਂ ਇਹ ਇਸ ਇਤਿਹਾਸ ਦੇ ਨਾਲ ਛੇੜਖਾਨੀ ਕੀਤੀ ਜਾ ਰਹੀ ਹੈ ਸੁੰਦਰੀਕਰਨ ਦੇ ਨਾਮ ਹੇਠ ਤੁਸੀਂ ਇਸ ਜਿਹੜਾ ਦਾਵਾ ਕੀਤਾ ਜਾ ਰਿਹਾ ਤੁਸੀਂ ਉਹਦੇ ਨਾਲ ਸਹਿਮਤ ਹੋ ਬਿਲਕੁਲ ਬਿਲਕੁਲ ਇਹ ਬਿਲਕੁਲ ਸਹੀ ਗੱਲ ਹੈ ਮੈਂ ਤਾਂ ਉਹ ਗੱਲ ਉਹ ਹੋਰ ਪਾਸੇ ਚਲੀ ਗਈ ਮੈਂ ਤੁਹਾਨੂੰ ਇਸੇ ਤੇ ਗੱਲ ਕਰਨੀ ਚਾਹੁੰਦਾ ਸੀਗਾ ਕਿ ਜਿਹੜਾ ਹੁਣ ਮੁੱਦਾ ਸੀਗਾ 28 ਅਗਸਤ ਨੂੰ ਜਿਹੜਾ ਜਲਿਆਂਵਾਲੇ ਬਾਗ ਦੇ ਨਵੀਨੀ ਕਰਨ ਦਾ ਉਦਘਾਟਨ ਹੋਇਆ ਨਾ ਕਿ ਸ਼ਹੀਦ ਉਧਮ ਸਿੰਘ ਜੇ ਸਟੈਚੂ ਦਾ ਉਦਘਾਟਨ ਹੋਇਆ ਲੋਕਾਂ ਨੇ ਗੱਲ ਮਿਕਸ ਕਰ ਲਈ ਜਿਹੜਾ ਸਟੈਚੂ ਹੈ 13 ਮਾਰਚ 2018 ਨੂੰ ਲੱਗ ਚੁੱਕਿਆ ਸੀਗਾ ਠੀਕ ਹੈ ਜੀ ਉਸ ਤੋਂ ਬਾਅਦ ਰੈਨੋਵੇਸ਼ਨ ਦਾ ਜਿਹੜਾ ਉਦਘਾਟਨ 28 ਅਗਸਤ ਨੂੰ ਹੋਇਆ ਜਿਹੜਾ 20 ਕਰੋੜ ਰੁਪਈਆ ਉੱਥੇ ਦਾਵਾ ਕਰਦੇ ਨੇ 20 ਕਰੋੜ ਰੁਪਈਆ ਜਿਹੜਾ ਉੱਥੇ ਲੱਗਿਆ ਕਹਿੰਦੇ ਨੇ ਪਰ ਜਦੋਂ ਉੱਥੇ ਜਾਵਾਂਗੇ ਲੋਕੀ ਜਾਣਗੇ ਅਸੀਂ ਤਾਂ ਜਾ ਕੇ ਆਏ ਆ ਅਸੀਂ ਦੇਖਿਆ ਉੱਥੇ ਉੱਥੇ 20 ਕਰੋੜ ਨਾਮ ਦੀ ਕੋਈ ਚੀਜ਼ ਨਹੀਂ ਲੱਗੀ ਹੋਈ ਉੱਥੇ ਜਿਹੜੇ ਜੋਜ ਵੀ ਨਿਸ਼ਾਨੀਆਂ ਸੀਗੀਆਂ ਉਹਨਾਂ ਨੂੰ ਮਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉਹ ਨਵੀਨੀ ਕਰਨ ਦੇ ਨਾਂ ਤੇ ਜਿਹੜਾ ਜਿਹੜਾ ਪਾਰਕ ਵੀ ਜਿਹੜਾ ਖਰਾਬ ਕਰ ਦਿੱਤਾ ਗਿਆ ਜੇ ਸਾਰਾ ਮਤਲਬ ਕਿ ਜੋ ਵੀ ਉਹਨਾਂ ਨੇ ਕਰਿਆ ਉਹ ਜਾਂਚ ਦਾ ਵਿਸ਼ਾ ਲੋਕੀ ਸਗੋਂ ਉਹ ਉਹ ਉਹਦੀ ਜਾਂਚ ਕਰਵਾਉਣ ਦੀ بجائے ਜਿਹੜਾ ਉੱਥੇ 20 ਕਰੋੜ ਨਹੀਂ ਲੱਗਾ ਉਹ ਪੈਸਾ ਕਿੱਥੇ ਗਿਆ ਲੋਕਾਂ ਦੇ ਟੈਕਸ ਦਾ ਪੈਸਾ ਸੀਗਾ ਉਹ ਕਿੱਥੇ ਗਿਆ ਉਹ ਉਹ ਜਿਹੜਾ ਉਹ ਲੋਕਾਂ ਨੂੰ ਪੁੱਛਣ ਦੀ بجائے ਉਹ ਬੁੱਤ ਦੀ ਅ ਪ੍ਰਤੀ ਅਨਾਬ ਚਨਾਬ ਜਿਹੜਾ ਗੱਲਾਂ ਕਰ ਰਹੇ ਨੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਡਾ ਮਨ ਦੁਖੀ ਹੋਇਆ ਪਿਆ ਬੜਾ ਭਈ ਐਦਾਂ ਦੀ ਜਿਹੜੀ ਸ਼ਹੀਦ ਦੇ ਪ੍ਰਤੀ ਜਿਹੜੀ ਐ ਐਦਾਂ ਦੀ ਸ਼ਬਦਾਵਲੀ ਨਾ ਵਰਤੀ ਜਾਵੇ ਤੁਸੀਂ ਆਪਣੀਆਂ ਅੱਖਾਂ ਦੇ ਨਾਲ ਉੱਥੇ ਜਾ ਕੇ ਜਿਹੜਾ ਸ਼ਹੀਦ ਜਲ੍ਹਿਆਂਵਾਲੇ ਬਾਗ ਚ ਜਾ ਕੇ ਦੇਖੋ ਉਹ ਇੱਕ ਡੀਲ ਡੋਲ ਵਾਲਾ ਇੱਕ ਗੱਬਰੂ 19 ਫੁੱਟ ਗੱਬਰੂ ਜਿਹੜਾ ਜਵਾਨ ਗੱਬਰੂ ਹੁੰਦਾ ਉਹਨੇ ਹੱਥ ਚ ਆਪਣੇ ਖੂਨ ਨਾਲ ਭਿੱਜੀ ਹੋਈ ਜਲ੍ਹਿਆਂਵਾਲੇ ਬਾਗ ਦੀ ਮਿੱਟੀ ਹੱਥ ਚ ਫੜੀ ਐ ਤੁਸੀਂ ਆਪ ਜਾ ਕੇ ਉੱਥੇ ਵਿਜ਼ਿਟ ਕਰੋ ਤਾਂ ਕਿ ਤਾਂ ਗੱਲ ਕਰੋ ਉੱਥੇ ਬਬੀ ਇੱਕ ਸਵਾਲ ਫੇਰ ਉੱਥੀ ਹੈ ਤੁਸੀਂ ਕਹਿ ਰਹੇ ਹੋ ਤੁਸੀਂ ਦੋਸ਼ ਲਾ ਰਹੇ ਹੋ ਵੀ ਸਰਕਾਰ ਵੱਲੋਂ 20 ਕਰੋੜ ਰੁਪਏ ਦਾ ਦਾਵਾ ਕੀਤਾ ਹੈ ਪਰ ਲੱਗਿਆ ਨਹੀਂ ਇਹਦਾ ਮਤਲਬ ਲੈ ਕੋਈ ਫਿਰ ਉਸ ਨੂੰ ਵੀ ਛੱਕ ਗਏ ਜਾਂ ਖਾ ਗਿਆ ਕੋਈ 20 ਕਰੋੜ ਰੁਪਏ ਦੇਖੋ ਮੈਂ ਇਹਦਾ ਸਿੱਧਾ ਤੇ ਸਿੱਧਾ ਜਿਹੜਾ ਦੋਸ਼ੀ ਜਿਹੜਾ ਸ਼ਵੇਤ ਮਲਿਕ ਜਿਹੜਾ ਜਿਹੜਾ ਅੰਮ੍ਰਿਤਸਰ ਦਾ ਵਸਿੰਦਾ ਔਰ ਰਾਜ ਸਭਾ ਮੈਂਬਰ ਹੈ ਔਰ ਜੱਲਿਆਂ ਵਾਲਾ ਮੈਮੋਰੀਅਲ ਟਰਸਟ ਨੈਸ਼ਨਲ ਮੈਮੋਰੀਅਲ ਟਰਸਟ ਜਿਹੜੀ ਹੈ ਉਹਦਾ ਮੈਂਬਰ ਹੈ ਔਰ ਸਿੱਧੇ ਸਿੱਧੇ ਤੌਰ ਤੇ ਉਹ ਜਾ ਕੇ ਉੱਥੇ ਕ੍ਰੈਡਿਟ ਲੈਂਦਾ ਜੱਲਿਆ ਵਾਲੇ ਬਾਗ ਜਦੋਂ ਰੀਨੋਵੇਸ਼ਨ ਚੱਲਦੀ ਸੀ ਵੀ ਮੈਂ ਕਰਾ ਰਿਆਂ ਮੈਂ ਕਰਾ ਰਿਆਂ ਮੈਂ ਕਰਾ ਰਿਆਂ ਔਰ ਸਾਰਾ ਦੋਸ਼ੀ ਜਿਹੜਾ ਜੋ ਵੀ ਉੱਥੇ ਅਨਾਦਰ ਹੋਇਆ ਦੇਖੋ 20 ਕਰੋੜ ਦੀ ਜੇ ਲੱਗਣ ਦੀ ਜਿਹੜੀ ਮਨਸਾ ਤੇ ਸ਼ੱਕ ਉਸ ਟਾਈਮ ਸਾਨੂੰ ਹੋਇਆ ਜਦੋਂ 27 ਤਰੀਕ ਨੂੰ ਸ਼ਹੀਦ ਉਦਮ ਸਿੰਘ ਜੀ ਦੇ ਸਟੈਚੂ ਨੂੰ ਉਹਨਾਂ ਨੇ 20 ਕਰੋੜ ਦੀ ਅਮਾਉਂਟ ਵਿੱਚੋਂ ਪੇਂਟ ਵੀ ਨਹੀਂ ਕਰਾਇਆ ਅਸੀਂ ਜਿਹੜੀ ਸਾਡੀ ਸੰਸਥਾ ਹੈਗੀ ਆ ਅੰਤਰਰਾਸ਼ਟਰੀ ਸਰਵਕਮੋਜ ਤੇ ਹੋਰ ਸਹਿਯੋਗੀ ਸਾਡੇ ਉੱਥੇ ਜਾ ਕੇ ਜਿਹੜੇ ਮੂਰਤੀਗਣ ਬਣਾਈ ਸੀ ਜਿਨ੍ਹਾਂ ਨੇ ਉਹਨਾਂ ਨੂੰ ਨਾਲ ਲੈ ਕੇ ਗਏ ਉੱਥੇ ਦੁਬਾਰਾ ਜਿਹੜਾ ਪੇਂਟ ਕਰਾਵਾ ਕਰਾ ਕੇ ਆਏ ਆ ਮੈਂ ਤੁਹਾਨੂੰ ਉਹਦੀਆਂ ਵੀ ਫੋਟੋਆਂ ਭੇਜਾਂਗਾ ਅਸੀਂ ਦੁਬਾਰਾ ਪੇਂਟ ਕਰਾ ਕੇ ਆਏ ਆ ਉਹ ਦੇਖੋ ਉਹਨਾਂ ਨੇ ਇਸ ਕਰਕੇ ਇੱਥੋਂ ਪਤਾ ਲੱਗਦਾ ਜਿਹੜਾ 20 ਕਰੋੜ ਜਿਹੜਾ ਲਾਇਆ ਉਹਨਾਂ ਨੇ ਉਹ ਬਿਲਕੁਲ ਫੋਕੇ ਦਾਵੇ ਨੇ ਉਹਦੀ ਜਾਂਚ ਹੋਣੀ ਚਾਹੀਦੀ ਹੈ ਉਹ ਜਿਹੜੀ ਡਿਮਾਂਡ ਲੋਕਾਂ ਨੂੰ ਉਠਾਣੀ ਚਾਹੀਦੀ ਹੈ ਨਾ ਕਿ ਸ਼ਹੀਦ ਉਦਮ ਸਿੰਘ ਦੇ ਸਟੈਚੂ ਬਾਰੇ ਜਿਹੜੀਆਂ ਗੱਲਾਂ ਕਰ ਰਹੇ ਨੇ ਉਹ ਉਹ ਮੇਰੀ ਬੇਨਤੀ ਆ ਵੀ ਨਾ ਕਰਨ ਸਾਡਾ ਮਨ ਬਹੁਤ ਦੁਖੀ ਹੋ ਰਿਹਾ ਸਰਕਾਰ ਵੱਲੋਂ ਇੱਕ 3000 ਕਰੋੜ ਰੁਪਏ ਦੀ ਮੂਰਤੀ ਵੀ ਬਣਾਈ ਗਈ ਹੈ ਤੇ ਇੱਥੇ ਤੁਸੀਂ ਕਹਿ ਰਹੇ ਹੋ ਵੀ ਬੁੱਤਨ ਨੂੰ ਪਾਲਿਸ਼ ਕਰਨ ਦੇ ਵਾਸਤੇ ਕੁਛ ਰੁਪਏ ਵੀ ਤੁਹਾਨੂੰ ਨਹੀਂ ਦਿੱਤੇਗੇ ਬਿਲਕੁਲ ਇੱਥੇ ਮੈਂ ਗੱਲ ਤੁਹਾਡੀ ਨਾਲ ਸਹਿਮਤ ਆਂ ਦੇਖੋ ਇਹ ਜਰੂਰ ਲੱਗਦਾ ਹੈ ਵੀ ਜਿਹੜਾ ਪੰਜਾਬੀਆਂ ਦਾ ਜਿਹੜਾ ਜਿਹੜਾ ਮਾਨ ਸਨਮਾਨ ਜਿਹੜਾ ਜਿਹੜੀ ਇਹ ਕੇਂਦਰ ਸਰਕਾਰ ਨਹੀਂ ਕਰਨਾ ਚਾਹਦੀ ਲੱਗਦਾ ਹੈ ਕਿਉਂਕਿ ਨਹੀਂ ਤਾਂ ਸਿਰਫ 2-3000 ਰੁਪਏ ਦੀ ਗੱਲ ਸੀ ਪੇਂਟ ਦੀ ਕੋਈ ਜ਼ਿਆਦਾ ਉੱਥੇ ਖਰਚਾ ਨਹੀਂ ਸੀਗਾ ਹੁੰਦਾ ਤੇ ਉਹ ਪੇਂਟ ਤੱਕ ਨਹੀਂ ਕਰਾ ਸਕੇ 20 ਕਰੋੜ ਰੁਪਇਆ ਜਿਹੜਾ ਕਹਿੰਦੇ ਨੇ ਉੱਥੇ ਲਾਤਾ ਹੈ ਇਹ ਇਹ ਬਿਲਕੁਲ ਸਵਾਲ ਲੋਕੀ ਪੁੱਛਣਗੇ ਅਸੀਂ ਵੀ ਸਵਾਲ ਕਰਾਂਗੇ ਸਾਡੀ ਸੰਸਥਾ ਵੀ ਸਵਾਲ ਕਰਗੀ ਲੋਕੀ ਵੀ ਜਿਹੜੇ ਸ਼ਰਧਾਲੂ ਹੈਗੇ ਨੇ ਸ਼ਹੀਦਾਂ ਦੇ ਉਹ ਵੀ ਪੁੱਛਣਗੇ ਵੀ ਜਿਹੜੇ ਸਾਡੇ ਸ਼ਹੀਦ ਨਾਲ ਬਿੱਤਕਰਾ ਕਿਉਂ ਕੀਤਾ ਜਾ ਰਿਹਾ ਕੋਈ ਲਾਸਟ ਦੇ ਵਿੱਚ ਕੋਈ ਸ਼ਬਦ ਕਹਿਣਾ ਚਾਹੋ ਬਸ ਲਾਸਟ ਦੇ ਵਿੱਚ ਤੁਹਾਡੇ ਜਿਹੜੇ ਪੰਜਾਬੀ ਲੋਕ ਚੈਨਲ ਰਾਹੀਂ ਮਾਧਿਅਮ ਰਾਹੀਂ ਅਸੀਂ ਕੋਈ ਹੀ ਬੇਨਤੀ ਕਰਦੇ ਹਾਂ ਵੀ ਇਹ ਜਿਹੜਾ ਸ਼ਹੀਦ ਦੁੱਦਮ ਸਿੰਘ ਦਾ ਸਟੈਚੂ ਹੈ ਇਹ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਨਿਰੋਲ ਜਿਹੜਾ ਲੋਕਾਂ ਦੇ ਸਹਿਯੋਗ ਦੇ ਨਾਲ ਲੱਗਾ ਹੋਇਆ ਹੈ ਇਹਦੇ ਵਿੱਚ ਸਰਕਾਰ ਕੇਂਦਰ ਸਰਕਾਰ ਪੰਜਾਬ ਸਰਕਾਰ ਔਰ ਕੋਈ ਵੀ ਸਰਕਾਰ ਔਰ ਕਿਸੇ ਦਾ 1 ਰੁਪਈਆ ਨਹੀਂ ਲੱਗਾ ਹੋਇਆ ਇਹਨੂੰ ਇਹਦਾ ਅਨਾਦਰ ਨਾ ਕਰੋ ਇਹਦੇ ਬਾਰੇ ਅਨਾਵ ਸ਼ਨਾਵ ਜਿਹੜੀਆਂ ਗੱਲਾਂ ਨਾ ਕਰੋ ਔਰ ਸਾਡ ਜਿਹੜਾ ਸਾਡੀ ਇਹੀ ਬੇਨਤੀ ਹੈ ਕਿ ਜਿਹੜਾ ਉਹਦਾ ਥੀਮ ਸੀ ਨਾ ਜੱਲਿਆ ਵਾਲੇ ਬਾਗ ਦਾ ਉਹਨੇ ਹੱਥ 'ਚ ਜਿਹੜੀ ਹੈ ਖੂਨ ਨਾਲ ਪੀਜੀ ਹੋਈ ਮਿੱਟੀ ਫੜੀ ਹੈ ਉਹ ਜਿਹੜਾ ਥੀਮ ਅਸੀਂ ਦਿਖਾਇਆ ਜਿੱਥੋਂ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਦ੍ਰਿੜ ਇਰਾਦੇ ਦੀ ਜਿਹੜੀ ਪ੍ਰੇਰਣਾ ਮਿਲੇਗੀ ਕਿ 21 ਸਾਲਾਂ ਦੀ ਘਾਲਣਾ ਕਰਕੇ ਕਿਉਂਕਿ ਉਹਨੇ ਖੂਨ ਨਾਲ ਪੀਜੀ ਹੋਈ ਆਪਣੇ ਦੇਸ਼ ਦੇ ਵਸਨੀਕਾਂ ਦੀ ਮਿੱਟੀ ਚੱਕੀ ਸੀ ਉਹ ਜਿਹੜੀ ਉਹਨੂੰ ਉਸ ਇਰਾਦੇ ਤੱਕ ਲੈ ਗਈ ਮਨਸਾ ਪੂਰੀ ਕਰਨ ਤੱਕ ਲੈ ਗਈ 21 ਸਾਲਾਂ ਬਾਅਦ ਉਨੇ ਉਸ ਨਮੋਸ਼ੀ ਦਾ ਜਿਹੜਾ ਬਦਲਾ ਲਿਆ ਤਾਂ ਉਹਦੀ ਆਤਮਾ ਨੂੰ ਸ਼ਾਂਤੀ ਆਈ ਤਾਂ ਉਹਨੇ ਅਦਾਲਤ ਵਿੱਚ ਵੀ ਕਿਹਾ ਮੈਨੂੰ ਕੋਈ ਅਫਸੋਸ ਨਹੀਂ ਹੈ ਜੱਜ ਸਾਹਮਣੇ ਜਿਹੜਾ ਇੰਗਲੈਂਡ ਦੀ ਕੋਰਟ ਵਿੱਚ ਉਹਨੇ ਸ਼ਰੀਆਮ ਸ਼ੀਦੂਦਮ ਸਿੰਘ ਨੇ ਕਿਹਾ ਕਿ ਮੈਨੂੰ ਕੋਈ ਫਾਂਸੀ ਤੋਂ ਡਰ ਨਹੀਂ ਮੈਂ ਜਿਹੜੇ ਜਿਹੜੇ ਮੇਰੇ ਦੇਸ਼ ਵਾਸੀਆਂ ਦਾ ਖੂਨ ਡੁੱਲਿਆ ਸੀ ਮੈਂ ਅੱਛ ਚ ਮਿੱਟੀ ਚੱਕੀ ਸੀ ਔਰ ਮੈਂ ਆਪਣਾ ਪ੍ਰਣ ਪੂਰਾ ਕੀਤਾ ਹੈ ਮੈਨੂੰ ਕੋਈ ਅਫਸੋਸ ਨਹੀਂ ਹੈਗਾ ਮੈਨੂੰ ਫਾਂਸੀ ਦੇ ਦਿੱਤੀ ਜਾਵੇ ਤੁਹਾਡਾ ਬਹੁਤ ਧੰਨਵਾਦ ਜੀ ਪੰਜਾਬੀ ਲੋਕ ਚੈਨਲ ਨਾਲ ਗੱਲ ਗੱਲਬਾਤ ਕਰ ਲਈ ਅੱਜ ਆਪਣੇ ਬਿਜ਼ੀ ਸ케ਜੂਲ ਵਿੱਚੋਂ ਸਮਾਂ ਕੱਢਿਆ ਥੈਂਕ ਯੂ ਵੈਰੀ ਮੱਚ ਸਤਿ ਸ਼੍ਰੀ ਅਕਾਲ